नानक पद समरो अंगद गुरु अमरदास हृदय नित हृदय श्री गुरु रामदास गुरु अर्जन विघनन के विघनन हर गोविंद शुभ काशक श्री हर राय नमो कर जोरी नमो कर जोरी श्री हर कृष्ण मना बहादुर परम कृपाला जी परम कृपाला श्री गुरु गोविंद सिंह बिसाला करो तरा पर पुन पुन जी पुन पुन सीसा बंद बार बार जगदीश एकंकार सतगुरु ते प्रसाद सच होए वाहे गुरु जी की फतेह बेगन बिनाशन सोए वाहे गुरु जी की फतेह बेगन बिनाशन सोए सतनाम श्री वाहे गुरु साहिब जे दोहरा अहदे चढ़ कर खाट पर सब समाज तर पास निकसे पुरते नरन सिर उर्ध उठाए सुतास वाहिगुरु जी का खालसा वाहिगुरु जी की फतेह। परम सत्कार योग सन्मान ते सत्कार योग गुरु स्वरूप गुरु खालसा साध संगत जीओ तनता दे पात्र हो नेता प्रति गुरु चरणा विच हाजरिया भर के श्री गुरु ग्रंथ साहिब जी महाराज जी दे दर्शन परस के नेत्री सतगुरु पेखना सरवणी सुनना गुरनाओ सतगुरु सेती रत्या दर्ग है पाईया ठाओ अपने जीवन दियां घड़ियां गुरु लेखे ला के सफला और सकारथा कर रहे। धन श्री गुरु तेग बहादुर साहिब जी दे चरणा च कश्मीरी पंडित आए ने फरियाद कीती है महाराज जी साढ़े धर्म की राखी करो तुहाडे तो बिना साड़ी कोई टेक नहीं कोई आसरा नहीं। गुरदेव ने उस वक्त इन्हां कश्मीरी पंडतां नूं
ਬਚਨ ਕਰਦਿਆਂ ਕਿਹਾ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਔਰੰਗਜ਼ੇਬ ਬਾਦਸ਼ਾਹ ਕੋਲ ਜਾਓ ਔਰ ਆਖੋ ਕਿ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਸਾਡੇ ਗੁਰੂ ਨੇ, ਅਸੀਂ ਸਾਰੇ ਉਹਨਾਂ ਦੇ ਅਨੁਸਾਰੀ ਹਾਂ ਤੇ ਬਾਦਸ਼ਾਹ ਜੇ ਤੂੰ ਉਹਨਾਂ ਨੂੰ ਇਸਲਾਮ ਕਬੂਲ ਕਰਾ ਲਵੇਂ ਤਾਂ ਅਸੀਂ ਸਾਰੇ ਇਸਲਾਮ ਕਬੂਲ ਕਰਨ ਵਾਸਤੇ ਤਿਆਰ ਹਾਂ। ਉਸ ਵਕਤ ਪੰਡਿਤ ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਕਰਕੇ ਇਸ ਗੱਲ ਦਾ ਭਰੋਸਾ ਆਪਣੇ ਹਿਰਦੇ 'ਚ ਰੱਖਦਿਆਂ ਕਿ ਸਤਿਗੁਰੂ ਜੀ ਸਾਡੇ ਧਰਮ ਦੇ ਰਾਖੇ ਹਨ, ਹੁਣ ਸਾਡਾ ਧਰਮ ਭ੍ਰਸ਼ਟ ਨਹੀਂ ਹੋਵੇਗਾ, ਇਹ ਚਿੰਤਾ ਇਹਨਾਂ ਦੇ ਹਿਰਦੇ 'ਚੋਂ ਚਲੀ ਗਈ। ਚੰਗੇ ਚੰਗੇ ਜਿਹੜੇ ਵਿਦਵਾਨ ਪੰਡਿਤ ਸੀ ਇਹ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਦਿੱਲੀ ਔਰੰਗਜ਼ੇਬ ਬਾਦਸ਼ਾਹ ਦੀ ਕਚਹਿਰੀ 'ਚ ਪਹੁੰਚੇ, ਚੁੱਕ ਚੁੱਕ ਕੇ ਬਾਦਸ਼ਾਹ ਨੂੰ ਕੁਨਸਾਂ ਕੀਤੀਆਂ ਨੇ, ਸਲਾਮਾਂ ਕੀਤੀਆਂ ਨੇ ਔਰ ਆਖਿਆ, ਬਾਦਸ਼ਾਹ ਜੇ ਇੱਕ ਬੰਦੇ ਦੇ ਕਾਰਜ ਕੀਤੇ ਆ ਸੈਂਕੜੇ ਜਾਂ ਲੱਖਾਂ ਬੰਦਿਆਂ ਦੇ ਕਾਰਜ ਹੋ ਸਕਦੇ ਹੈ ਤਾਂ ਫਿਰ ਤੁਹਾਨੂੰ ਇੱਕ ਦੀ ਚੋਣ ਕਰਨੀ ਚਾਹੀਦੀ ਹੈ, ਲੱਖਾਂ ਨੂੰ ਤਕਲੀਫ ਨਹੀਂ ਦੇਣੀ ਚਾਹੀਦੀ। ਸਾਡੇ ਦਾਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਨੂੰ ਜੇ ਤੂੰ ਆਪਣੇ ਕੋਲ ਸੱਦ ਕੇ ਇਸਲਾਮ ਕਬੂਲ ਕਰਾ ਲਵੇ, ਜੇ ਉਹ ਇਸਲਾਮ ਕਬੂਲ ਕਰਦੇ ਨੇ ਤੇ ਅਸੀਂ ਸਾਰੇ ਹਿੰਦੂ ਭਾਈਚਾਰੇ ਦੇ ਲੋਕ ਇਸਲਾਮ ਕਬੂਲ ਕਰ ਲਵਾਂਗੇ, ਤੈਨੂੰ ਸਾਨੂੰ ਕਹਿਣਾ ਨਹੀਂ ਪਵੇਗਾ। ਇਹ ਗੱਲ ਬਾਦਸ਼ਾਹ ਦੇ ਦਿਮਾਗ ਨੂੰ ਚੰਗੀ ਲੱਗੀ ਵੀ ਇੱਕ ਦੇ ਮੁਸਲਮਾਨ ਬਣਾਇਆ ਸਾਰੇ ਬਣਦੇ ਨੇ, ਫਿਰ ਸਾਰਿਆਂ ਨੂੰ ਤਕਲੀਫ ਦੇਣ ਦੀ ਕੀ ਜ਼ਰੂਰਤ ਹੈ। ਪੰਜਾਬ ਦਾ ਇੱਕ ਗਵਰਨਰ ਸੀ, ਇਹਦਾ ਨਾਂ ਗਿਆਨੀ ਗਿਆਨ ਸਿੰਘ ਹੋਣਾ ਨੇ ਜ਼ਾਲਮ ਖਾਂ ਲਿਖਿਆ, ਜ਼ੁਲਮ ਖਾਂ ਵੀ ਲਿਖਿਆ। ਇਹਨੇ ਆਖਿਆ ਬਾਦਸ਼ਾਹ ਵੀ ਇਹਦੇ ਤੋਂ ਵਧੀਆ ਤਰੀਕਾ ਤਾਂ ਕੋਈ ਹੋਰ ਹੋ ਹੀ ਨਹੀਂ ਸਕਦਾ ਆਪਣਾ ਮਨਸੂਬਾ ਸਿੱਧ ਕਰਨ ਲਈ। ਉਸ ਵਕਤ ਬਾਦਸ਼ਾਹ ਨੇ ਆਪਣੇ ਦੋ ਐਦੀਆਂ ਨੂੰ ਹੁਕਮ ਕੀਤਾ ਹੈ ਕਿ ਤੁਸੀਂ ਗੁਰੂ ਜੀ ਦੇ ਕੋਲ ਆਨੰਦਪੁਰ ਸਾਹਿਬ ਜਾਓ। ਪੰਡਤਾਂ ਕੋਲੋਂ ਐਡਰੈਸ ਲੈ ਲਿਆ ਸੀ ਵੀ ਗੁਰੂ ਜੀ ਇਸ ਵੇਲੇ ਕਿੱਥੇ ਨੇ। ਤੋ ਬਾਦਸ਼ਾਹ ਦੇ ਦੋ ਐਦੀ ਦਿੱਲੀਓਂ ਤੁਰੇ ਨੇ, ਆਨੰਦਪੁਰ ਸਾਹਿਬ ਸਤਿਗੁਰਾਂ ਦੇ ਕੋਲ ਪਹੁੰਚ ਰਹੇ ਨੇ। ਆਓ ਮਨ ਬਿਰਤੀਆਂ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜ ਕੇ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਨੌਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ 'ਚ ਆਪਣੀ ਹਾਜ਼ਰੀ ਲਵਾਉਂਦੇ ਹੋਇਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਅਹਦੇ ਚੜ ਕਰ ਖਾਟ ਪਰ ਸਭ ਸਮਾਜ ਧਰ ਪਾਸ। ਉਸ ਵਕਤ ਦੋ ਐਦੀ ਦਿੱਲੀਓਂ ਤੁਰੇ ਨੇ, ਰਸਤੇ ਵਾਸਤੇ ਜੋ ਜੋ ਸਾਜੋ ਸਮਾਜ ਇਹਨਾਂ ਨੂੰ ਚਾਹੀਦਾ ਸੀ ਉਹ ਇਹਨਾਂ ਨੇ ਲੈ ਲਿਆ। ਉਹਨਾਂ ਵੇਲਿਆਂ ਵਿੱਚ ਜਿਹੜੇ ਸਰਕਾਰੀ ਅਹਿਦਨਾਮਾ ਲੈ ਕੇ ਆਉਣ ਵਾਲੇ ਅਹਿਦੀ ਹੁੰਦੇ ਸੀ ਉਹ ਪਲੰਘੇ ਦੀ ਸਵਾਰੀ ਕਰਦੇ ਸੀ, ਇੱਕ ਪਲੰਘੇ 'ਤੇ ਇਹਨਾਂ ਨੇ ਬੈਠ ਜਾਣਾ। ਉਹ ਪਲੰਘਾ ਮੰਨ ਲਓ ਜੇ ਦਿੱਲੀਓਂ ਤੁਰੇ ਨੇ
ਤੇ ਪਹਿਲਾਂ ਉੱਥੋਂ ਵੰਗਾਰ ਹੀ ਕੱਢ ਲੈਣੇ ਨੇ। ਵੰਗਾਰ ਤੇ ਬੰਦੇ ਬੁਲਾ ਕੇ ਉਹਨਾਂ ਨੂੰ ਕਹਿਣਾ ਵੀ ਤੁਸੀਂ ਸਾਡਾ ਪਲੰਘਾ ਅਗਲੇ ਪਿੰਡ ਤੱਕ ਛੱਡ ਕੇ ਆਓ। ਉੱਥੇ ਤੱਕ ਪਲੰਘੇ ਤੇ ਬੈਠ ਕੇ ਜਾਣਾ, ਫਿਰ ਉਹਨਾਂ ਪਿੰਡ ਵਾਲਿਆਂ ਨੇ ਇਹਨਾਂ ਦੀ ਇੱਜ਼ਤ ਕਰਨੀ, ਟਹਿਲ ਕਰਨੀ, ਲੰਗਰ ਪ੍ਰਸ਼ਾਦਾ ਚੁਕਾਉਣਾ, ਮਾਇਆ ਵੀ ਦੇਣੀ। ਪਲੰਘਾ ਚੁੱਕ ਕੇ ਅਗਲੇ ਦਿਨ ਉਹਨਾਂ ਨੇ ਉੱਥੋਂ ਅਗਲੇ ਪਿੰਡ ਪਹੁੰਚਾ ਦੇਣਾ, ਉੱਥੇ ਰਾਤ ਕੱਟਣੀ ਉਹਨਾਂ ਪਿੰਡ ਵਾਲਿਆਂ ਨੇ, ਉਸ ਤੋਂ ਅਗਲੇ ਪਿੰਡ ਪਹੁੰਚਾ ਦੇਣਾ। ਇੱਦਾਂ ਜਿਹੜੇ ਐਦੀ ਸਨ ਇਹ ਸਫ਼ਰ ਕਰਿਆ ਕਰਦੇ ਸੀ, ਐਦ ਲੈ ਕੇ ਜਦੋਂ ਸਰਕਾਰੀ ਐਦ ਲੈ ਕੇ ਜਾਂਦੇ ਸੀ ਤੋ ਇਹਨਾਂ ਐਦੀਆਂ ਨੇ ਵੀ ਆਪਣੀਆਂ ਆਪਣੀਆਂ ਖਾਟਾਂ, ਕਿਉਂਕਿ ਦੋ ਐਦੀ ਸੀ ਤੇ ਸੁਭਾਵਕ ਸੀ ਦੋ ਖਟੀਆਂ ਲੈ ਕੇ ਜਾਣੀਆਂ ਸੀ, ਦੋ ਖਾਟਾਂ ਇਹਨਾਂ ਨੇ ਲੈ ਲਈਆਂ। ਜਿਹੜਾ ਜਿਹੜਾ ਸਾਜੋ ਸਮਾਜ ਚਾਹੀਦਾ ਸੀ ਇਹਨਾਂ ਨੂੰ ਉਹ ਆਪਣੀਆਂ ਉਹਨਾਂ ਮੰਜੀਆਂ ਦੇ ਉੱਤੇ ਇਹਨਾਂ ਨੇ ਰੱਖ ਲਿਆ। ਨਿਕਸੇ ਪੁਰ ਤੇ ਨਰਨ ਸਿਰ ਪੁਰ ਦੇ ਉਠਾ ਇਸ ਤਾਸ। ਇਹ ਦਿੱਲੀਓ ਨਿਕਲੇ ਨੇ, ਪਹਿਲਾਂ ਦਿੱਲੀ ਦੇ ਲੋਕਾਂ ਨੇ ਇਹਨਾਂ ਦੀਆਂ ਮੰਜੀਆਂ ਚੁੱਕੀਆਂ ਨੇ, ਚਾਰ ਚਾਰ ਬੰਦੇ ਵਾਰੀ ਵਾਰੀ ਇਹਨਾਂ ਦੀਆਂ ਮੰਜੀਆਂ ਚੁੱਕਦੇ ਨੇ, ਚੁੱਕ ਕੇ ਲੈ ਕੇ ਉਠਾ ਕੇ ਮੰਜੀਆਂ ਦਿੱਲੀਓਂ ਬਾਹਰ ਚੱਲ ਪਏ। ਚਾਉ ਪਏ ਆਗੇ ਗ੍ਰਾਮ ਗਮਨ ਤੇ ਆਵੇ। ਚਲਦਿਆਂ ਚਲਦਿਆਂ ਜਿਹੜਾ ਅਗਲਾ ਪਿੰਡ ਆ ਜਾਂਦਾ ਹੈ ਇਹਨਾਂ ਦੀਆਂ ਮੰਜੀਆਂ ਇਹਦੀਆਂ ਦੀਆਂ ਉਸ ਪਿੰਡ ਦੇ ਵਿੱਚ ਟਿਕਾ ਦਿੰਦੇ ਹਨ। ਪਾਛਲ ਨਰ ਤਿੰਨ ਖਾਟ ਟਿਕਾਵੇ। ਉੱਥੋਂ ਫਿਰ ਉਸ ਪਿੰਡ ਵਾਲੇ ਇਹਨਾਂ ਦੀ ਮੰਜੀ ਚੁੱਕ ਕੇ ਅੱਗੇ ਤੁਰਦੇ ਨੇ, ਜਿਹੜੇ ਇੱਥੇ ਤੱਕ ਛੱਡ ਕੇ ਗਏ ਹੁੰਦੇ ਨੇ ਉਹ ਇਹਨਾਂ ਦੀਆਂ ਮੰਜੀਆਂ ਇੱਥੇ ਛੱਡ ਕੇ ਪਿੱਛੇ ਵਾਪਸ ਆਪਣੇ ਪਿੰਡ ਨੂੰ ਚਲੇ ਜਾਂਦੇ ਹਨ। ਤਹਤੇ ਨਏ ਨਿਕਾਸ ਬਿਗਾਰੇ। ਜਿਹੜੇ ਪਿੰਡ ਦੇ ਵਿੱਚ ਉਤਰਦੇ ਨੇ ਉਥੋਂ ਨਵੇਂ ਬਗਾਰੀ ਜਿਹੜੇ ਨੇ ਉਹਨਾਂ ਨੂੰ ਸੱਦ ਬੁਲਾ ਲੈਂਦੇ ਨੇ, ਬੁਲਾ ਕੇ ਫਿਰ ਉਹਨਾਂ ਦੇ ਕੋਲੋਂ ਆਪਣੇ ਮੰਜੇ ਚੁਕਾਉਂਦੇ ਤੇ ਟੁਰ ਪੈਂਦੇ ਨੇ। ਆਏ ਉਠਾਵੇ ਲੈ ਸਿਰ ਧਾਰੇ। ਇਹਨਾਂ ਦੇ ਮੰਜੇ ਆਪੋ ਆਪਣਿਆਂ ਸਿਰਾਂ ਤੇ ਜਾਂ ਮੋਢਿਆਂ ਤੇ ਰੱਖ ਕੇ ਟੁਰ ਪੈਂਦੇ ਹਨ। ਬੈਠ ਮੰਚ ਪਰ ਪੰਥ ਪਿਆਨ ਹੈ। ਏਦਾਂ ਇਹ ਪਲੰਘਿਆਂ ਤੇ ਜਾਂ ਮੰਜਿਆਂ ਤੇ ਬਹਿ ਕੇ ਸਫ਼ਰ ਕਰਦੇ ਨੇ, ਆਪਣਾ ਪੈਂਡਾ ਤੈਅ ਕਰਦੇ ਹਨ। ਹਾਂਜੀ ਸਰਬ ਪ੍ਰਜਾ ਪਰ ਹੁਕਮ ਬਖਾਨ ਹੈ। ਰਸਤੇ ਵਿੱਚ ਇਹਨਾਂ ਦੀ ਸਾਰੀ ਪ੍ਰਜਾ ਜਿਹੜੀ ਹੈ ਉਹ ਪ੍ਰਜਾ ਇਹਨਾਂ ਦੇ ਹੁਕਮ ਦੇ ਵਿੱਚ ਚੱਲਦੀ, ਸਾਰੀ ਪ੍ਰਜਾ ਦੇ ਉੱਤੇ ਇਹਨਾਂ ਦਾ ਹੁਕਮ ਚੱਲਦਾ। ਖਾਲਸਾ ਜੀ ਜਦੋਂ ਕਲਗੀਧਰ ਜੀ ਨੇ ਜ਼ਫਰਨਾਮਾ ਭੇਜਿਆ ਨਾ ਦੀਨੇ ਕਾਂਗੜ ਤੋਂ, ਤੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਨੂੰ ਵੀ ਜ਼ਫਰਨਾਮਾ ਦੇ ਕੇ ਐਦੀ ਬਣਾ ਕੇ ਟੋਰਿਆ ਸੀ ਕਿ ਅਸੀਂ ਵੀ ਬਾਦਸ਼ਾਹ ਹਾਂ ਤੇ ਸਾਡੇ ਐਦੀ ਨੇ ਤੇਰੇ ਕੋਲ ਐਦ ਲੈ ਕੇ ਆ ਰਹੇ ਨੇ, ਸਾਡੀ ਚਿੱਠੀ ਲੈ ਕੇ ਆ ਰਹੇ ਨੇ। ਤੋ ਉਸ ਵਕਤ ਜਿਹੜੇ ਐਦੀ ਨੇ ਇਹ ਆ ਰਹੇ ਨੇ ਦਿੱਲੀਓਂ, ਰਸਤੇ ਵਿੱਚ ਲੋਕਾਂ ਤੇ ਆਪਣਾ ਹੁਕਮ ਚਲਾਉਂਦੇ ਨੇ, ਇਹ ਆਪਣਾ ਜ਼ੋਰ ਵੀ ਵਿਖਾਉਂਦੇ, ਜ਼ਬਰਦਸਤੀ ਲੋਕਾਂ ਕੋਲੋਂ ਪੈਸੇ ਵੀ ਲੈਂਦੇ ਨੇ। ਹਾਂਜੀ ਲੇਤ ਸਭਨ ਤੇ ਕ੍ਰਿਤ ਮਿਸ਼ਟਾਨ। ਲੋਕਾਂ ਕੋਲੋਂ ਮਠਿਆਈਆਂ ਲੈਂਦੇ ਨੇ, ਘਿਓ ਲੈਂਦੇ ਨੇ ਜ਼ਬਰਦਸਤੀ ਵੀ ਸਾਨੂੰ ਇੰਨਾ ਘਿਓ ਚਾਹੀਦਾ ਤੁਹਾਡੇ ਕੋਲੋਂ, ਇੰਨਾ ਮਿੱਠਾ ਚਾਹੀਦਾ, ਇੰਨਾ ਆਟਾ ਚਾਹੀਦਾ, ਇਦਾਂ ਹੁਕਮ ਕਰ ਕਰਕੇ ਲੋਕਾਂ ਕੋਲੋਂ ਇਹ ਸਮਾਨ ਇਕੱਠਾ ਕਰਦੇ ਹਨ। ਆਮ ਕਸੋ ਆਹਾਰ ਕਰ ਖਾਨ। ਔਰ ਰਸਤੇ ਵਿੱਚ ਜਿਹੜੀ ਰੋਟੀ ਹੈ ਉਹ ਵੀ ਮਾੜੀ ਨਹੀਂ ਖਾਂਦੇ, ਕਹਿੰਦੇ ਉਚੇਚੇ ਤੌਰ ਤੇ ਇਹਨਾਂ ਲਈ ਮਾਸ ਦੀ ਰੋਟੀ ਤਿਆਰ ਕੀਤੀ ਜਾਂਦੀ। ਮਾਸ ਵੀ ਕਈ ਤਰ੍ਹਾਂ ਦਾ ਜਿਹੜਾ ਇਹਨਾਂ ਲਈ ਬਣਾਇਆ ਜਾਂਦਾ ਹੈ, ਤਿਆਰ ਕਰਕੇ ਇਹਨਾਂ ਨੂੰ ਖਵਾਇਆ ਜਾਂਦਾ ਹੈ। ਸਨੇ ਸਨੇ ਮਾਰਗ ਮੈਂ ਚੱਲ ਹੈ। ਇੱਦਾਂ ਇਹ ਐਦੀ ਹੌਲੇ ਹੌਲੇ ਰਸਤੇ ਤੇ ਟੁਰਦੇ ਆ ਰਹੇ ਨੇ। ਨਿਤ ਅਨੰਦਪੁਰ ਨਾਮ ਸੰਭਲ ਹੈ। ਅਨੰਦਪੁਰ ਸਾਹਿਬ ਨੂੰ ਯਾਦ ਕਰਦੇ ਨੇ ਰੋਜ਼ ਕਿ ਅਨੰਦਪੁਰ ਸਾਹਿਬ ਬਸ ਅਸੀਂ ਹੁਣ ਕੁਝ ਦਿਨਾਂ ਤੱਕ ਪਹੁੰਚ ਜਾਵਾਂਗੇ। ਚਲਤ ਚਲਤ ਕੇਤਕ ਦਿਨ ਮਾਹੀ। ਦਿੱਲੀਓਂ ਟੁਰਿਆਂ ਨੂੰ ਕਈ ਦਿਨ ਬੀਤ ਗਏ ਇੱਦਾਂ ਚੱਲਦਿਆਂ ਚੱਲਦਿਆਂ।
ਨਰ ਨਸੇਸ ਪਰ ਉਠੇ ਸੁਜਾਹੇ। ਲੋਕਾਂ ਦੇ ਸਿਰਾਂ ਦੇ ਉੱਤੇ ਜਾਂਦੇ ਨੇ ਸਵਾਰੀ ਕਰਦੇ ਹੋਏ, ਪਲਗੇ ਲੋਕ ਸਿਰਾਂ ਤੇ ਚੁੱਕ ਕੇ ਇਹਨਾਂ ਦੇ ਲਿਜਾਂਦੇ ਨੇ। ਸਤਦਰਵ ਤੇਰ ਪਹੁੰਚੇ ਆਏ, ਇਹ ਤੁਰਦਿਆਂ ਤੁਰਦਿਆਂ ਸਤਲੁਜ ਦਰਿਆ ਦੇ ਕੰਢੇ ਦੇ ਨੇੜੇ ਆਏ ਹਨ। ਕਰਤ ਹੁਕਮ ਕੋ ਗਮਨਤ ਜਾਏ, ਆਪਣਾ ਹੁਕਮ ਕਰਦੇ ਹੋਇਆ ਪਿੰਡ ਵਾਲਿਆਂ ਤੇ ਨਗਰਾਂ ਵਾਲਿਆਂ ਤੇ ਆਪਣਾ ਹੁਕਮ ਚਲਾਉਂਦੇ ਹੋਇਆ ਆ ਰਹੇ ਨੇ। ਆਏ ਆਨੰਦਪੁਰ ਕੀਨ ਸਡੇਰਾ, ਆਖਰਕਾਰ ਅਖੀਰਲਾ ਜਿਹੜਾ ਡੇਰਾ ਅਖੀਰਲਾ ਜਿਹੜਾ ਪੜਾ ਆ ਇਹਨਾਂ ਨੇ ਚਲਦਿਆਂ ਚਲਦਿਆਂ ਆਨੰਦਪੁਰ ਸਾਹਿਬ ਆ ਕੇ ਕੀਤਾ ਹੈ। ਚੜੇ ਮੰਚ ਬੈਠੇ ਤਸਬੇਰਾ, ਆਨੰਦਪੁਰ ਸਾਹਿਬ ਜਦੋਂ ਆਏ ਇੱਥੇ ਵੀ ਪਲੰਘੇ ਦੇ ਉੱਤੇ ਚੜ ਕੇ ਬੈਠੇ ਹੋਏ ਨੇ। ਖਾਨ ਪਾਨ ਕਰ ਨਿਸ਼ਾ ਬਿਤਾਏ, ਇੱਥੇ ਇਹਨਾਂ ਦੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਹੋਇਆ, ਤੋ ਰੋਟੀ ਪਾਣੀ ਖਾ ਕੇ ਇਹਨਾਂ ਨੇ ਆਨੰਦਪੁਰ ਸਾਹਿਬ ਰਾਤ ਬਤੀਤ ਕੀਤੀ। ਜਾਗੇ ਪੁਨ ਪ੍ਰਭਾਤ ਹੋਏ ਆਏ, ਜਦੋਂ ਅਗਲਾ ਦਿਨ ਚੜਿਆ ਤੇ ਇਹ ਦੋਵੇਂ ਐਦੀ ਜਿਹੜੇ ਆਏ ਹੋਏ ਨੇ ਇਹ ਉੱਥੇ ਹਨ, ਜਾਗੇ ਹਨ। ਬੈਠਣ ਸਭਾ ਸਮਾਂ ਸੁਣ ਕਰਕੇ ਇਹਨਾਂ ਨੂੰ ਪਤਾ ਲੱਗਾ ਕਿ ਇਸ ਵੇਲੇ ਗੁਰੂ ਜੀ ਦੀ ਸਭਾ ਲੱਗਦੀ ਹੈ, ਸਤਿਗੁਰੂ ਜੀ ਦਾ ਦੀਵਾਨ ਸਜਦਾ ਹੈ, ਤਾਂ ਉਸ ਵਕਤ ਤੇ ਪਤਾ ਕਰਕੇ ਦੋਵੇਂ ਐਦੀ ਜਿਹੜੀ ਚਿੱਠੀ ਲੈ ਕੇ ਆਏ ਨੇ ਬਾਦਸ਼ਾਹ ਦੀ, ਇਹ ਲੈ ਕੇ ਸਤਿਗੁਰਾਂ ਵੱਲ ਜਾਣ ਲੱਗੇ ਹਨ। ਗੁਰੂ ਸੋ ਮਿਲਣ ਲਾਲਸਾ ਧਰ ਕੇ, ਸਤਿਗੁਰੂ ਜੀ ਨੂੰ ਮਿਲਣ ਦੀ ਇਹਨਾਂ ਦੇ ਮਨ ਵਿੱਚ ਲਾਲਸਾ ਹੈ ਕਿ ਅਸੀਂ ਗੁਰੂ ਜੀ ਨੂੰ ਮਿਲਾਂਗੇ ਤੇ ਚਿੱਠੀ ਬਾਦਸ਼ਾਹ ਦੀ ਗੁਰੂ ਸਾਹਿਬ ਨੂੰ ਦੇਵਾਂਗੇ। ਭਾਏ ਤਿਆਰ ਅਹਿਦੀ ਤਬ ਦੌਨ, ਇਹ ਦੋਵੇਂ ਅਹਿਦੀ ਉਸ ਵੇਲੇ ਤਿਆਰ ਹੋਏ, ਚੰਗੀਆਂ ਵਧੀਆ ਪੁਸ਼ਾਕਾਂ ਕੱਪੜੇ ਸ਼ਸਤਰ ਬਸਤਰ ਆਪਣੇ ਸਰੀਰ ਤੇ ਇਹਨਾਂ ਨੇ ਪਾਏ ਹਨ। ਥਿਰਤਾ ਸਿੰਘ ਪੌਰ ਗਹਿ ਤੌਨ, ਸਤਿਗੁਰੂ ਜੀ ਦੇ ਘਰ ਵੱਲ ਆਏ ਤੇ ਜਿੱਥੇ ਮਹਾਰਾਜ ਜੀ ਦਾ ਮੁੱਖ ਦਰਵਾਜ਼ਾ ਹੈ, ਦਰਸ਼ਨੀ ਜੋੜੀ ਜਿਹਨੂੰ ਸਿੰਘ ਪੌਰ ਕਹਿੰਦੇ ਨੇ, ਉੱਥੇ ਆ ਕੇ ਖਲੋ ਗਏ। ਇਹ ਨਹੀਂ ਵੀ ਸੀ ਸਿੱਧਾ ਅੰਦਰ ਚਲੇ ਜਾਂਦੇ, ਸੇਵਾਦਾਰ ਜਿਹੜੇ ਬਾਹਰ ਖੜੇ ਸੀ ਉਹਨਾਂ ਨੇ ਰੋਕਿਆ, ਹਾਂ ਬਈ ਕਿੱਧਰ ਚੱਲੇ ਜੇ? ਕਹਿਣ ਲੱਗੇ ਜੀ ਅਸੀਂ ਗੁਰੂ ਜੀ ਨੂੰ ਮਿਲਣ ਆਏ, ਅਸੀਂ ਐਦੀ ਹੁੰਨੇ ਆ, ਬਾਦਸ਼ਾਹ ਦੀ ਜਿਹੜੀ ਚਿੱਠੀ ਹੈ ਐਦੀ ਉਹ ਲੈ ਕੇ ਆਏ ਹਾਂ। ਸੁਧ ਸਤਿਗੁਰ ਕੇ ਨਿਕਟ ਪਠਾਇਵ, ਸਤਿਗੁਰੂ ਜੀ ਦੇ ਕੋਲ ਜਿਹੜੇ ਦਰਵਾਜ਼ੇ ਤੇ ਖੜੇ ਸੇਵਾਦਾਰ ਸੀ ਉਹਨਾਂ ਨੇ ਖਬਰ ਭੇਜੀ ਕਿ ਮਹਾਰਾਜ ਦਿੱਲੀ ਤੋਂ ਐਦੀ ਆਏ ਨੇ ਚੱਲ ਕੇ। ਸ਼ਾਹ ਹੁਕਮ ਤੇ ਹਮ ਚੱਲ ਆਏਵ, ਇਹਨਾਂ ਨੇ ਦੱਸਿਆ ਆਪਣੇ ਬਾਰੇ ਕਿ ਅਸੀਂ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ ਚੱਲ ਕੇ ਆਏ ਹਾਂ। ਗੁਰੂ ਹਕਾਰਨ ਦਿੱਲੀ ਪੁਰ ਮੈਂ, ਔਰ ਅਸੀਂ ਇਸ ਕਰਕੇ ਆਏ ਹਾਂ ਕਿਉਂਕਿ ਬਾਦਸ਼ਾਹ ਸਲਾਮਤ ਗੁਰੂ ਜੀ ਨੂੰ ਦਿੱਲੀ ਬੁਲਾ ਰਿਹਾ। ਦਿੱਲੀ ਪਤ ਪਾ ਉਰ ਮੈਂ, ਔਰ ਜਿਹੜਾ ਦਿੱਲੀ ਦਾ ਬਾਦਸ਼ਾਹ ਹੈ ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਆਪਣੇ ਗੁਰੂ ਸਾਹਿਬ ਦੇ ਦੀਦਾਰ ਕਰਨੇ ਚਾਹੁੰਦਾ ਹੈ। ਇਸ ਕਾਰਜ ਕੋ ਹਮ ਚੱਲ ਆਏ, ਇਸ ਕੰਮ ਲਈ ਅਸੀਂ ਇੱਥੇ ਚੱਲ ਕੇ ਆਏ ਹਾਂ। ਮਿਲਿਓ ਚਾਹੇ ਤਿੰਨ ਦਰਸ਼ਨ ਪਾਏ, ਔਰ ਅਸੀਂ ਗੁਰੂ ਜੀ ਨੂੰ ਮਿਲਣਾ ਚਾਹੁੰਦੇ ਹਾਂ, ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ। ਸੁਣਤ ਪਾਸ ਗੁਰਦਾਸ ਪਿਆਨਾ, ਸਤਿਗੁਰਾਂ ਦਾ ਸੇਵਾਦਾਰ ਇਹਨਾਂ ਐਦੀਆਂ ਕੋਲੋਂ ਸਾਰੀ ਗੱਲ ਬਾਤ ਸੁਣ ਕੇ ਨੌਵੇਂ ਪਾਤਸ਼ਾਹ ਜੀ ਦੇ ਕੋਲ ਗਿਆ। ਸਭ ਪ੍ਰਸੰਗ ਹੈ ਦੀਨ ਬਖਾਨਾ, ਸਤਿਗੁਰੂ ਜੀ ਕੋਲ ਜਾ ਕੇ ਸਾਰਾ ਪ੍ਰਸੰਗ ਇਹਨਾਂ ਐਦੀਆਂ ਦਾ ਉਸ ਸੇਵਾਦਾਰ ਸਿੱਖ ਨੇ ਮਹਾਰਾਜ ਜੀ ਨੂੰ ਦੱਸਿਆ ਹੈ। ਥਿਰੇ ਪੌਰ ਦਵੈ ਸ਼ਾਹ ਪਠਾਏ, ਕਹਿਣ ਲੱਗਾ ਸੇਵਾਦਾਰ ਸਤਿਗੁਰਾਂ ਨੂੰ, ਮਹਾਰਾਜ ਦੋ ਐਦੀ ਆਏ ਨੇ ਬਾਹਰ ਆਪ ਜੀ ਦੇ ਦਰਵਾਜ਼ੇ ਤੇ ਖੜੇ ਹਨ, ਬਾਦਸ਼ਾਹ ਨੇ ਭੇਜੇ ਨੇ। ਕਹੈ ਸੋ ਹਮ ਲੈ ਬੇਗੁਰ ਆਏ, ਕਹਿੰਦੇ ਨੇ ਕਿ ਅਸੀਂ ਸਤਿਗੁਰੂ ਜੀ ਨੂੰ ਲੈਣ ਲਈ ਆਏ ਹਾਂ, ਅਸੀਂ ਸਤਿਗੁਰੂ ਜੀ ਨੂੰ ਨਾਲ ਲਿਜਾਣ ਵਾਸਤੇ ਆਏ ਹਾਂ। ਅੰਤਰਜਾਮੀ ਸ੍ਰੀ ਗੁਰਦੇਵ, ਸਤਿਗੁਰੂ ਅੰਤਰਜਾਮੀ ਨੇ ਜਾਣਦੇ ਨੇ ਸਭ ਕੁਝ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵੇਲੇ ਇਹਨਾਂ ਦੇ ਆਉਣ ਬਾਰੇ ਜਾਣਿਆ। ਭੂਤ ਭਵਿੱਖ ਲਖੈ ਸਭ ਭੇਵ, ਸਤਿਗੁਰਾਂ ਦੇ ਕੋਲ ਕਿਹੜੀ ਕੋਈ ਗੱਲ ਲੁਕੀ ਛਿਪੀ ਹੋਈ ਹੈ, ਪਿੱਛੇ ਕੀ ਹੋਇਆ ਇਹ ਵੀ ਸਤਿਗੁਰੂ ਜਾਣਦੇ ਨੇ।
ਹੁਣ ਕੀ ਹੋ ਰਿਹਾ ਇਹ ਵੀ ਜਾਣਦੇ ਨੇ, ਆਉਣ ਵਾਲੇ ਸਮੇਂ ਚ ਭਵਿੱਖ ਵਿਚ ਕੀ ਹੋਣਾ ਇਹ ਵੀ ਜਾਣਦੇ ਨੇ। ਸਤਿਗੁਰੂ ਜੀ ਤ੍ਰਿਕਾਲ ਦਰਸ਼ੀ ਹਨ, ਜਾਣੀ ਜਾਣ ਸਤਿਗੁਰੂ ਜੀ ਜਾਣ ਗਏ ਨੇ ਐਦੀ ਕਿਉਂ ਆਏ ਨੇ, ਬਾਦਸ਼ਾਹ ਕਿਉਂ ਸਾਨੂੰ ਆਪਣੇ ਕੋਲ ਬੁਲਾ ਰਿਹਾ, ਇਹ ਸਭ ਕੁਝ ਗਰੀਬ ਨਵਾਜ ਪਾਤਸ਼ਾਹ ਜੀ ਜਾਣਦੇ ਹਨ। ਸਹਿਜ ਸੁਭਾਇਕ ਬਾਕੇ ਉਚਾਰੇ, ਸਹਿਜ ਸੁਭਾਏ ਸੁਤੇ ਸਿੱਧ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ, ਆਏ ਜਮ ਕੇ ਅਬ ਹੈ ਰਬਾਰੇ। ਖਾਲਸਾ ਜੀ ਉਹਨਾਂ ਵੇਲਿਆਂ ਚ ਐਦੀਆਂ ਨੂੰ ਜਮਦੂਤ ਹੀ ਕਹਿੰਦੇ ਸੀ। ਉਹਦਾ ਕਾਰਨ ਕੀ ਸੀ? ਕਿਉਂਕਿ ਇਹ ਜਿਹੜੇ ਐਦੀ ਆਉਂਦੇ ਸੀ ਆ ਕੇ ਧੱਕਾ ਕਰਦੇ ਸੀ ਜਿੱਥੇ ਆਉਂਦੇ ਸੀ, ਰਿਸ਼ਵਤ ਲੈਣੀ, ਜ਼ਬਰਦਸਤੀ ਪੈਸੇ ਲੈਣੇ, ਤੇ ਇਹਨਾਂ ਨੂੰ ਜਾਮੀ ਕਹਿੰਦੇ। ਅੱਜ ਵੀ ਜਿਹੜਾ ਕੋਈ ਸਰਕਾਰੀ ਆਦਮੀ ਰਿਸ਼ਵਤ ਲੈਂਦਾ ਹੈ ਤੇ ਕਿਸੇ ਦੇ ਕੋਲ ਜਾ ਕੇ ਧੱਕਾ ਕਰਦਾ ਤੇ ਉਹਨੂੰ ਜਾਮੀ ਕਹਿੰਦੇ, ਵੀ ਇਹ ਤਾਂ ਜਮ ਨੇ ਜੀ, ਇਹ ਤਾਂ ਆਪਣੇ ਸੱਕੇ ਪਿਓ ਨੂੰ ਨਹੀਂ ਛੱਡਦੇ ਜੀ। ਇਹ ਕਹਾਵਤ ਹੈ ਨਾ, ਅੱਜ ਵੀ ਹੈ ਉਹਨਾਂ ਲੋਕਾਂ ਲਈ, ਵੀ ਇਹ ਤਾਂ ਆਪਣੇ ਸੱਕੇ ਪਿਓ ਦਾ ਲਿਹਾਜ਼ ਨਹੀਂ ਕਰਦੇ ਜੀ, ਇਹ ਤਾਂ ਜਮ ਹੁੰਦੇ ਨੇ ਜਮ। ਇਹਨਾਂ ਦੀਆਂ ਅੱਖਾਂ ਵਿੱਚ ਕੋਈ ਸ਼ਰਮ ਥੋੜੀ ਹੈ। ਇਹਨਾਂ ਨੂੰ ਤਾਂ ਇਹਨਾਂ ਦੇ ਸਾਹਮਣੇ ਜਦੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਨਾ, ਪਹਿਲਾਂ ਉਹ ਗਾਲਾਂ ਕਢਾਈਆਂ ਜਾਂਦੀਆਂ ਆਪਣੇ ਰਿਸ਼ਤੇਦਾਰਾਂ ਨੂੰ, ਵੀ ਕੱਢੋ ਸਾਹਮਣੇ ਹੋ ਕੇ, ਇਹ ਤਾਂ ਬੇਸ਼ਰਮ ਲੋਕ ਹੁੰਦੇ, ਇਹ ਤਾਂ ਰਿਸ਼ਵਤਖੋਰ ਨੇ। ਉਦੋਂ ਇਹ ਐਦੀ ਜਿਹੜੇ ਸਨ ਇਹਨਾਂ ਨੂੰ ਵੀ ਜਾਮੀ ਕਹਿੰਦੇ ਸੀ, ਕਿਉਂਕਿ ਜਿਹੜਾ ਕਿਸੇ ਉੱਤੇ ਜ਼ੋਰ ਕਰੇ, ਜ਼ੁਲਮ ਕਰੇ, ਉਹ ਜਾਮੀ ਹੁੰਦਾ। ਗੁਰਦੇਵ ਕਹਿੰਦੇ ਤਾਂ ਜਾਮੀ ਨੇ ਬਈ, ਜਿਹਨਾਂ ਨੂੰ ਲੋਕ ਜਮ ਕਹਿੰਦੇ ਨੇ ਇਹ ਉਹ ਆਏ ਹੋਏ ਨੇ। ਲਖੀ ਜਾਏ ਨੀ ਕੇ ਇਹ ਬਾਤ, ਪਾਤਸ਼ਾਹ ਕਹਿੰਦੇ ਗੱਲ ਜਾਣੀ ਜਾ ਰਹੀ ਹੈ ਇਹਨਾਂ ਦੇ ਆਉਣ ਤੇ। ਅਵਸਰ ਪੂਰਨ ਕੋ ਬਿਰਤਾਂਤ, ਗਰੀਬ ਨਵਾਜ ਪਾਤਸ਼ਾਹ ਨੇ ਵੇਖਿਆ ਔਰ ਜਾਣਿਆ ਕਿ ਹੁਣ ਇਹ ਸਾਰਾ ਬਿਰਤਾਂਤ ਜਿਹੜਾ ਹੈ ਉਹ ਹੋਣਾ ਜੋ ਆਉਣ ਵਾਲੇ ਸਮੇਂ ਵਿੱਚ। ਸੁਣ ਕੇ ਮਤੀ ਦਾਸ ਤਬ ਕਹਿਓ, ਲਾਗੇ ਦੀਵਾਨ ਮਤੀ ਦਾਸ ਜੀ ਖੜੇ। ਜਦੋਂ ਮਹਾਰਾਜ ਜੀ ਨੇ ਕਿਹਾ ਨਾ ਵੀ ਇਹ ਤਾਂ ਜਮ ਨੇ ਆਏ ਹੋਏ, ਤੇ ਉਸ ਵੇਲੇ ਦੀਵਾਨ ਮਤੀ ਦਾਸ ਜੀ ਸਤਿਗੁਰਾਂ ਦੇ ਬੜੇ ਪਿਆਰੇ ਸੇਵਕ ਨੇ ਕੋਲ ਬੈਠੇ, ਉਹ ਸੁਣ ਕੇ ਕਹਿਣ ਲੱਗੇ, ਸ਼੍ਰੀ ਪ੍ਰਭੂ ਕਹਾ ਆਪ ਇਹ ਲਹਿਓ। ਮਹਾਰਾਜ ਜੀ ਆਪ ਜੀ ਕੀ ਬਚਨ ਕਰ ਰਹੇ ਹੋ, ਇਹਨਾਂ ਬਾਰੇ ਕੀ ਆਪ ਜੀ ਨੇ ਜਾਣਿਆ? ਗੁਰੂ ਘਰ ਕੋ ਉਰ ਸ਼ਾਹੋ ਲਖੰਤਾ, ਇਹ ਕੀ ਵਿਗਾੜ ਸਕਦੇ ਨੇ ਗੁਰੂ ਘਰ ਦਾ? ਨਾਲੇ ਬਾਦਸ਼ਾਹ ਨੂੰ ਪਤਾ ਨੀ ਗੁਰੂ ਘਰ ਬਾਰੇ, ਔਰੰਗਜ਼ੇਬ ਨੂੰ ਕਿਹੜਾ ਕੋਈ ਭੁਲੇਖਾ ਕਿ ਉਹ ਗੁਰੂ ਘਰ ਬਾਰੇ ਨਹੀਂ ਜਾਣਦਾ? ਰੱਖਦਾਏ ਬਨੰਬਰ ਬਨੰਤਾ, ਔਰ ਬਾਦਸ਼ਾਹ ਗੁਰੂ ਘਰ ਦਾ ਅਦਬ ਰੱਖਦਾ। ਜਦੋਂ ਬਾਬਾ ਰਾਮ ਰਾਏ ਜੀ ਗਏ ਸੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਗਏ ਨੇ ਦਿੱਲੀ, ਤੇ ਬਾਦਸ਼ਾਹ ਨੇ ਅਦਬ ਰੱਖਿਆ ਗੁਰੂ ਘਰ ਦਾ। ਰਾਮ ਰਾਏ ਕੋ ਬਹੁ ਤਨ ਦੀਨ, ਰਾਮ ਰਾਏ ਦਾ ਅਦਬ ਕੀਤਾ, ਕਿੰਨੀ ਮਾਇਆ ਉਹਨੂੰ ਦਿੱਤੀ ਹੈ ਬਾਦਸ਼ਾਹ ਨੇ। ਨਿਕਟ ਬਿਠਾਏ ਸੁਭਾਸ਼ਣ ਦੀਨ, ਉਹਨੂੰ ਆਪਣੇ ਕੋਲ ਬਿਠਾ ਕੇ ਉਹਨੂੰ ਸ਼ੁਭ ਆਸਣ ਦਿੰਦਾ ਹੈ। ਅਬਲੋ ਬਨੀ ਬਾਤ ਸ਼ੁਭਤਾਹੀ, ਹੁਣ ਤੱਕ ਤਾਂ ਬਾਦਸ਼ਾਹ ਠੀਕ ਹੀ ਚੱਲਦਾ ਆਇਆ ਗੁਰੂ ਘਰ ਨਾਲ, ਹੁਣ ਤੱਕ ਤਾਂ ਬਾਦਸ਼ਾਹ ਦਾ ਕੋਈ ਗੁਰੂ ਘਰ ਨਾਲ ਵਿਰੋਧ ਨਹੀਂ ਰਿਹਾ। ਭਾਉ ਤਰੈ ਤਿਮ ਹੀ ਤੁਮ ਮਾਹੀ, ਮਹਾਰਾਜ ਉਹ ਤੁਹਾਡੇ ਨਾਲ ਉਸੇ ਤਰ੍ਹਾਂ ਪ੍ਰੇਮ ਰੱਖਦਾ, ਪਿਆਰ ਰੱਖਦਾ। ਕਰਹੋ ਸ਼ਾਹੋ ਸੋ ਮੇਲ ਸੁਖਾਰੇ, ਜੇ ਐਦੀ ਆਏ ਨੇ ਆਪ ਜੀ ਨੂੰ ਬੁਲਾਉਣ ਲਈ ਤੇ ਤੁਸੀਂ ਚੱਲ ਕੇ ਮਿਲੋ ਬਾਦਸ਼ਾਹ ਨੂੰ, ਮਹਾਰਾਜ ਉਹਦੇ ਨਾਲ ਚੱਲ ਕੇ ਮੁਲਾਕਾਤ ਕਰੋ। ਕਹਾ ਕਹਿ ਤੋ ਬਾਕ ਦੁਖਾਰੇ, ਮਹਾਰਾਜ ਏਦਾਂ ਬਚਨ ਨਾ ਕਰੋ ਵੀ ਇਹ ਜਮ ਆਏ ਤੇ। ਗੁਰਦੇਵ ਤਾਂ ਵੈਸੇ ਉਹਨਾਂ ਦੀ ਕਰਤੂਤ ਕਰਕੇ ਡਰ ਕੇ ਨਹੀਂ ਕਹਿ ਰਹੇ, ਪੈ ਪੀ ਧੋ ਕੇ ਨਹੀਂ ਕਹਿ ਰਹੇ ਵੀ ਸਾਡੇ ਲਈ ਜਮ ਆਏ ਨੇ। ਗੁਰਦੇਵ ਉਹਨਾਂ ਦੀਆਂ ਮਾੜੀਆਂ ਕਰਤੂਤਾਂ ਕਰਕੇ ਉਹਨਾਂ ਨੂੰ ਜਮ ਕਹਿ ਰਹੇ ਨੇ ਵੀ ਪਿੱਛੇ ਜਿਵੇਂ ਲੋਕਾਂ ਕੋਲੋਂ ਜ਼ਬਰਦਸਤੀ ਘਿਓ ਲਿਆਓ ਇਕੱਠਾ ਕਰਕੇ ਸਾਡੇ ਲਈ, ਇੰਨੀ ਮਠਿਆਈ ਲਿਆਓ, ਇੰਨਾ ਆਟਾ ਲਿਆਓ, ਸਾਨੂੰ ਇੰਨੇ ਪੈਸੇ ਚਾਹੀਦੇ ਨੇ, ਕਰਦੇ ਆਏ ਸੀ ਨਾ ਪਿੱਛੇ, ਤਾਂ ਉਹਨਾਂ ਨੂੰ ਜਮ ਕਿਹਾ। ਭਾਈ ਮਤੀ ਦਾਸ ਜੀ ਨੇ ਸੁਣ ਕੇ ਸੋਚਿਆ ਵੀ ਸ਼ਾਇਦ ਗੁਰਦੇਵ ਇਹ ਕਹਿ ਰਹੇ ਨੇ ਵੀ ਸਾਡੇ ਲਈ ਜਮ ਆਏ ਨੇ,
ਇਸ ਕਰਕੇ ਭਾਈ ਸਾਹਿਬ ਕਹਿੰਦੇ ਮਹਾਰਾਜ ਜੀ ਇਹ ਵਚਨ ਨਾ ਕਰੋ ਆਪ ਜੀ, ਤੁਸੀਂ ਬਾਦਸ਼ਾਹ ਨੂੰ ਚੱਲ ਕੇ ਮਿਲੋ, ਤੁਹਾਡਾ ਸਤਿਕਾਰ ਕਰਦਾ, ਤੁਹਾਡੀ ਇੱਜ਼ਤ ਕਰਦਾ, ਤੇ ਉਹਦੇ ਨਾਲ ਚੱਲ ਕੇ ਆਪ ਜੀ ਮੁਲਾਕਾਤ ਕਰੋ। ਸੁਣ ਸਿਰ ਸਤਿਗੁਰ ਤੇਗ, ਸੁਣ ਸਿਰ ਤੇਗ ਬਹਾਦਰ ਕਹਿਓ। ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੋਲੇ, ਸੋਏ ਹੈ ਜੋ ਪਰਮੇਸ਼ਰ ਚਾਹਿਓ। ਕਹਿਣ ਲੱਗੇ ਮਤੀ ਦਾਸ, ਇਹਨਾਂ ਦਾ ਕੋਈ ਭੈ ਥੋੜੀ ਹੈ, ਸਾਨੂੰ ਇਹਨਾਂ ਦੇ ਵੱਸ ਕੀ ਹੈ, ਹੋਣਾ ਤਾਂ ਉਹ ਹੈ ਜੋ ਪਰਮੇਸ਼ਰ ਨੇ ਰਚ ਰੱਖਿਆ, ਹੋਇਆ ਸੋਏ ਜੋ ਰਾਮ ਰਚ ਰੱਖਾ, ਹੋਣਾ ਤਾਂ ਉਹ ਹੈ ਜਿਹੜਾ ਵਿਧਾਤੇ ਨੇ ਪਰਮੇਸ਼ਰ ਨੇ ਰਚਿਆ ਹੋਇਆ, ਜਿਹੜੀ ਰਚਨਾ ਪਰਮੇਸ਼ਰ ਨੇ ਬਣਾਈ ਉਹ ਤਾਂ ਹੋ ਕੇ ਰਹਿਣੀ ਹੈ। ਹਮਰੇ ਮੇਲ ਨ ਬਣੇ ਕਦਾਈ, ਸਾਡਾ ਉਸ ਬਾਦਸ਼ਾਹ ਨਾਲ ਮੇਲ ਕਿਵੇਂ ਹੋ ਸਕਦਾ। ਗੁਰਦੇਵ ਇੱਥੇ ਸਪਸ਼ਟ ਕਰ ਰਹੇ ਨੇ ਵੀ ਮੇਲ ਨਹੀਂ ਹੈ ਉਹਦੇ ਨਾਲ ਸਾਡਾ, ਮੇਲ ਤਾਂ ਹੁੰਦਾ ਵੀ ਜਦੋਂ ਅਸੀਂ ਬਾਦਸ਼ਾਹ ਦੀਆਂ ਗੱਲਾਂ ਨਾਲ ਸਹਿਮਤੀ ਪ੍ਰਗਟ ਕਰ ਦਈਏ, ਇਹ ਮੇਲ ਹੁੰਦਾ ਵੀ ਜੋ ਬਾਦਸ਼ਾਹ ਕਹਿੰਦਾ ਉਹ ਅਸੀਂ ਮੰਨ ਲਈਏ ਫਿਰ ਮੇਲ ਹੋ ਗਿਆ, ਤੇ ਜਦੋਂ ਉਹਨੇ ਜੋ ਕਹਿਣਾ ਉਹ ਅਸੀਂ ਮੰਨਣਾ ਹੀ ਨਹੀਂ ਫਿਰ ਕਾਹਦਾ ਮੇਲ। ਸੁਭਾਵਿਕ ਹੈ ਨਾ, ਮੇਲ ਤਾਂ ਉਸ ਜੇ ਦਿਲ ਮਿਲੇ ਹੋਣ ਤਾਂ ਉਹਨੂੰ ਕਹਿੰਦੇ ਨੇ ਮੇਲ, ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਈ ਆ ਰੇ ਸੋਏ, ਜਿਨ੍ਹਾਂ ਦੇ ਦਿਲ ਮਿਲੇ ਹੋਣ ਉਹ ਮਿਲੇ ਹੁੰਦੇ ਨੇ। ਜੇ ਇੱਕੋ ਘਰ ਦੇ ਵਿੱਚ ਰਹਿਣ ਵਾਲੇ ਸਕੇ ਸੰਬੰਧੀਆਂ ਦੇ ਦਿਲ ਨਾ ਮਿਲੇ ਹੋਣ ਤੇ ਉਸ ਘਰ ਦੇ ਵਿੱਚ ਕਲੇਸ਼ ਬਣ ਜਾਂਦਾ, ਸਰੀਰਾਂ ਦੇ ਮਿਲਣ ਨਾਲ ਮੇਲ ਨਹੀਂ ਹੁੰਦਾ। ਜਦੋਂ ਖਿਆਲਾਤ ਨਾ ਮਿਲਦੇ ਹੋਣ, ਵਿਚਾਰਾਂ ਨਾ ਮਿਲਦੀਆਂ ਹੋਣ, ਮਹਾਰਾਜ ਜੀ ਕਹਿੰਦੇ ਮਤੀ ਦਾਸ ਸਾਡਾ ਬਾਦਸ਼ਾਹ ਨਾਲ ਕਦੇ ਵੀ ਮੇਲ ਨਹੀਂ ਹੋ ਸਕਦਾ। ਬਾਬਰ ਕੇ ਔਰ ਬਾਬੇ ਕਿਆਂ ਦਾ ਰਸਤਾ ਵੱਖਰਾ ਹੀ ਹੈ, ਬਾਬਰ ਕਿਆਂ ਨਾਲ ਬਾਬੇ ਦਾ ਕਿਆ ਮੇਲ। ਬਾਬੇ ਨੇ ਤੇ ਜਾ ਕੇ ਬਾਬਰ ਨੂੰ ਵੀ ਕਹਿ ਦੇਣਾ ਤੂੰ ਬਾਬਰ ਨਹੀਂ ਜਾਬਰ ਹੈ। ਜਦੋਂ ਕਲਗੀਧਰ ਪਾਤਸ਼ਾਹ ਜੀ ਨੂੰ ਮਾਝੇ ਤੋਂ ਸਿੰਘ ਆਏ, ਕਹਿਣ ਲੱਗੇ ਮਹਾਰਾਜ ਅਸੀਂ ਜਾ ਕੇ ਬਾਦਸ਼ਾਹ ਦੇ ਨਾਲ ਗੱਲਬਾਤ ਕਰਦੇ ਹਾਂ, ਤੁਹਾਡਾ ਰਾਜੀਨਾਮਾ ਕਰਾ ਦਿੰਦੇ, ਬਾਦਸ਼ਾਹ ਨਾਲ ਮੇਲ ਕਰਾ ਦਿੰਦੇ। ਤੇ ਕਲਗੀਧਰ ਜੀ ਨੇ ਸਪਸ਼ਟ ਕਹਿ ਦਿੱਤਾ ਸੀ, ਕਹਿਣ ਲੱਗੇ ਤੁਸੀਂ ਉਦੋਂ ਕਿਉਂ ਨਾ ਮੇਲ ਕਰਾਇਆ ਜਦੋਂ ਸਾਡੇ ਪਿਤਾ ਜੀ ਨੂੰ ਉਹਨੇ ਸ਼ਹੀਦ ਕੀਤਾ, ਉਦੋਂ ਕਿੱਥੇ ਸੀ ਤੁਸੀਂ ਵੱਡੇ ਹੋ ਵਿਚੋਲਿਓ, ਜਦੋਂ ਸਾਡੇ ਛੋਟੇ ਸਾਹਿਬਜ਼ਾਦੇ ਨੀਹਾਂ 'ਚ ਚਿਣ ਕੇ ਸ਼ਹੀਦ ਕੀਤੇ ਗਏ, ਸਾਡੇ ਵੱਡੇ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ, ਉਦੋਂ ਕਿਉਂ ਨਾ ਮੇਲ ਕਰਾਇਆ। ਉਹਦੇ ਨਾਲ ਸਾਡਾ ਮੇਲ ਜਿਵੇਂ ਰਾਤ ਤੇ ਦਿਨ ਦਾ ਮੇਲ ਨਹੀਂ ਨਾ ਹੋ ਸਕਦਾ, ਤੈਸੇ ਸੱਚ ਤੇ ਝੂਠ ਦਾ ਕਦੇ ਮੇਲ ਨਹੀਂ ਹੋ ਸਕਦਾ। ਜੇ ਦਿਨ ਆਏਗੀ ਤੇ ਰਾਤ ਨਹੀਂ, ਜੇ ਰਾਤ ਆਏਗੀ ਤੇ ਦਿਨ ਨਹੀਂ। ਤੂੰ ਇੱਥੇ ਨੌਵੇਂ ਪਾਤਸ਼ਾਹ ਕਹਿ ਰਹੇ ਨੇ, ਸਪਸ਼ਟ ਕਰ ਰਹੇ ਨੇ, ਦੀਵਾਨ ਮਤੀ ਦਾਸ ਜੀ ਨੂੰ ਕਹਿ ਰਹੇ ਨੇ, ਮਤੀ ਦਾਸ ਸਾਡਾ ਬਾਦਸ਼ਾਹ ਦੇ ਨਾਲ ਕਦੇ ਵੀ ਮੇਲ ਨਹੀਂ ਹੋ ਸਕਦਾ। ਕੋਰ ਮਲੇਸ਼ ਸੰਤ ਦੁਖਦਾਈ, ਕਿਉਂ ਨਹੀਂ ਹੋ ਸਕਦਾ। ਅੱਗੇ ਦੱਸਦੇ ਨੇ ਵੀ ਉਹ ਝੂਠਾ, ਉਹ ਹੈ ਮਲੇਸ਼, ਫਿਰ ਉਹ ਮਹਾਂਪੁਰਸ਼ਾਂ ਸਾਧੂਆਂ ਨੂੰ ਦੁੱਖ ਦੇਣ ਵਾਲਾ ਹੈ, ਸੰਤ ਜਨਾਂ ਨੂੰ ਦੁੱਖ ਦੇਣ ਵਾਲਾ ਹੈ। ਹਿਮ ਕਰ ਇਹਦੇ ਨਿਕਟ ਬੁਲਾਏ, ਇਹ ਕਹਿ ਕੇ ਗੁਰਦੇਵ ਨੇ ਇਜਾਜ਼ਤ ਦਿੱਤੀ ਵੀ ਬੁਲਾ ਲਓ ਜਿਹੜੇ ਐਦੀ ਆਏ ਨੇ ਅੰਦਰ। ਪਿਖ ਨਕੇਤ ਅੰਤਰ ਪ੍ਰਵਿਸ਼ਾਏ, ਸਤਿਗੁਰੂ ਜੀ ਦੇ ਮਹਿਲ ਨੂੰ ਵੇਖਦਿਆਂ ਹੋਇਆਂ ਇਹ ਦੋਵੇਂ ਐਦੀ ਚੱਲ ਕੇ ਅੰਦਰ ਆਏ। ਸਮੁਖ ਬਦਨ ਗੁਰ ਜਬਹਿ ਨਿਹਾਰੇ, ਜਦੋਂ ਸਨਮੁਖ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਤਤ ਛਿਨ ਦੁਰਮਤ ਤਿਨ ਨਿਰਵਾਰੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰਾਂ ਦੇ ਦਰਸ਼ਨ ਕਰਦਿਆਂ ਹੀ ਇਹਨਾਂ ਐਦੀਆਂ ਦੀ ਜਿਹੜੀ ਖੋਟੀ ਮਤ ਸੀ ਇਕਦਮ ਦੂਰ ਹੋ ਗਈ। ਇਹ ਤਾਂ ਅਕਸਰ ਐਦੀ ਜਦੋਂ ਕਿਸੇ ਲਈ ਐਦ ਲੈ ਕੇ ਆਉਂਦੇ ਆ, ਹੁਕਮ ਲੈ ਕੇ ਆਉਂਦੇ ਆ, ਜਿਹਦੇ ਲਈ ਹੁਕਮ ਹੁੰਦਾ ਨਾ ਉਹਨੂੰ ਬੜੀ ਭੱਦੀ ਸ਼ਬਦਾਵਲੀ ਨਾਲ ਉਹਦੇ ਨਾਲ ਪੇਸ਼ ਆਉਂਦੇ, ਉਹਦੇ ਤੇ ਆ ਕੇ ਆਪਣਾ ਰੋਹਬ ਝਾੜਦੇ। ਆਏ ਤਾਂ ਇਸੇ ਬਿਰਤੀ ਨਾਲ ਹੀ ਸੀ, ਜਦੋਂ ਅੰਦਰ ਆ ਕੇ ਸਾਹਿਬ ਦੇ ਦਰਸ਼ਨ ਕੀਤੇ ਨਾ, ਬਸ ਜਿੰਨੀ ਖੋਟੀ ਮਤ ਸੀ ਇਹਨਾਂ ਦੀ ਇੱਕਦਮ ਦੂਰ ਹੋ ਗਈ। ਆਏ ਤਾਂ ਰੋਹਬ ਝਾੜਨ ਸੀ, ਸਤਿਗੁਰਾਂ ਦੇ ਚਰਨਾਂ ਦੇ ਉੱਤੇ ਸੀਸ ਝੁਕਾ ਕੇ ਦੋਵੇਂ ਮੱਥਾ ਟੇਕਣ ਲੱਗ ਪਏ।
ਗੁਰੂ ਸਾਹਿਬ ਦਾ ਪ੍ਰਤਾਪ ਇੰਨਾ ਸੀ। ਤੋ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਇੱਕਦਮ ਇਹਨਾਂ ਦੀ ਜਿਹੜੀ ਦੁਰ ਮਤ ਸੀ, ਖੋਟੀ ਮਤ ਸੀ, ਉਹ ਚਲੀ ਗਈ। ਸਮ ਸੰਤਨ ਗੁਰ ਸਾਤ ਸੁਭਾਉ, ਵੇਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਐਨ ਸਮਾਨ ਬਿਰਤੀ ਰੱਖਣ ਵਾਲੇ, ਸੰਤ ਬਿਰਤੀ ਰੱਖਣ ਵਾਲੇ, ਸ਼ਾਂਤ ਸੁਭਾਅ ਦੇ ਮਾਲਕ ਨੇ। ਹਰਖ ਸੋਕ ਨਾ ਲੇਸ਼ ਕਦਾਉ, ਇਹਨਾਂ ਨੂੰ ਨਾ ਹਰਖ ਹੈ ਨਾ ਸੋਗ ਹੈ। ਇਹ ਤਾਂ ਹਰਖ ਸੋਗ ਦੇ ਵਿੱਚੋਂ ਰਹਿਤ ਨੇ, ਇਹਨਾਂ ਨੂੰ ਲੇਸ਼ ਹੀ ਨਹੀਂ ਹੈ। ਨੰਮਰ ਸੇਸ ਕਰ ਕੇਨ ਸਲਾਮ, ਨਹੀਂ ਤਾਂ ਜਿਨ੍ਹਾਂ ਲਈ ਐਦ ਲੈ ਕੇ ਆਉਂਦੇ ਸੀ ਐਦੀਏ, ਉਹ ਲੋਕ ਉੱਠ ਕੇ ਇਹਨਾਂ ਨੂੰ ਮੱਥਾ ਟੇਕਦੇ ਸੀ ਐਦੀਆਂ ਨੂੰ। ਪਰ ਇੱਥੇ ਅੱਜ ਗੱਲ ਉਲਟ ਹੋਈ ਹੈ। ਇਹ ਐਦੀ ਗੁਰਦੇਵ ਦੇ ਚਰਨਾਂ ਚ ਸਲਾਮ ਕਰ ਰਹੇ ਨੇ ਚੁੱਕ ਚੁੱਕ ਕੇ, ਇੱਕ ਵਾਰ ਨਹੀਂ ਸੱਤ ਵਾਰ ਚੁੱਕ ਚੁੱਕ ਕੇ ਇਹਨਾਂ ਨੇ ਸਤਿਗੁਰਾਂ ਦੇ ਚਰਨਾਂ ਚ ਸਲਾਮ ਕੀਤੀ। ਬੈਠੇ ਦੇਖੀ ਸਭਾ ਤਮਾਮ, ਸਤਿਗੁਰਾਂ ਦੀ ਸਭਾ ਬੈਠੀ ਵੇਖੀ, ਜਿਹਦੇ ਚ ਦੀਵਾਨ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਾਹਿਬ, ਭਾਈ ਜੀਵਨ ਸਿੰਘ ਜੀ, ਜਿਨ੍ਹਾਂ ਨੂੰ ਪਹਿਲਾਂ ਭਾਈ ਜੈਤਾ ਜੀ ਕਹਿੰਦੇ ਸੀ, ਫਿਰ ਭਾਈ ਸਾਹਿਬ ਭਾਈ ਉਦਾ ਜੀ, ਬੜੇ ਬੜੇ ਪਿਆਰ ਵਾਲੇ ਸਿੱਖ ਮਹਾਰਾਜ ਜੀ ਦੀ ਸਭਾ ਵਿੱਚ ਬੈਠੇ ਨਾ ਐਦੀਆਂ ਨੇ ਵੇਖੇ। ਨਿਜ ਕਰ ਤੇ ਦੀਨਸ ਪਰਵਾਨਾ, ਬਾਦਸ਼ਾਹ ਦਾ ਜਿਹੜਾ ਹੁਕਮਨਾਮਾ ਲੈ ਕੇ ਆਏ ਸੀ ਪਰਵਾਨਾ, ਉਹ ਇਹਨਾਂ ਨੇ ਆਪਣੇ ਦੋਵੇਂ ਹੱਥਾਂ ਵਿੱਚ ਇੱਦਾਂ ਕਰਕੇ ਸਤਿਗੁਰਾਂ ਨੂੰ ਦਿੱਤਾ ਹੈ। ਕਰੇ ਪੜਾਵਨ ਮਤਲਬ ਜਾਨਾ, ਮਹਾਰਾਜ ਜੀ ਨੇ ਪੜਵਾਇਆ ਬਾਦਸ਼ਾਹ ਦਾ, ਉਹਦੇ ਵਿੱਚ ਜੋ ਲਿਖਿਆ ਹੋਇਆ ਤਾਤ ਪਰਜ ਸੀ ਉਹ ਮਹਾਰਾਜ ਜੀ ਨੇ ਜਾਣਿਆ। ਲਿਖਿਓ ਤਾਹੇ ਮੈਂ ਆਵਨ ਕੀ ਜੈ, ਉਹਦੇ ਚ ਲਿਖਿਆ ਕੀ ਸੀ ਕਿ ਗੁਰੂ ਜੀ ਤੁਸੀਂ ਇੱਥੇ ਮੇਰੇ ਕੋਲ ਦਿੱਲੀ ਚੱਲ ਕੇ ਆਓ, ਮਿਹਰਬਾਨ ਹੋਏ ਦਰਸ਼ਨ ਦੀ ਜੈ, ਆਪ ਜੀ ਮਿਹਰਬਾਨਗੀ ਕਰਕੇ ਆ ਕੇ ਮੈਨੂੰ ਦਰਸ਼ਨ ਦਿਓ। ਲੋਕਾਂ ਤੇ ਜਸ ਸੁਣੋ ਤੁਹਾਰਾ, ਮੈਂ ਬਹੁਤ ਸਾਰਿਆਂ ਲੋਕਾਂ ਕੋਲੋਂ ਤੁਹਾਡਾ ਜਸ, ਤੁਹਾਡੀ ਮਹਿਮਾ ਸੁਣੀ ਹੈ। ਯਾ ਤੇ ਮਿਲਬੋ ਨੀਕ ਵਿਚਾਰਾ, ਇਸ ਕਰਕੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ, ਔਰ ਇਹ ਚੰਗੀ ਮੁਲਾਕਾਤ ਮੈਂ ਵਿਚਾਰੀ ਹੈ। ਸੁਨ ਸਤਿਗੁਰ ਕਾਗਤ ਲਿਖਵਾਇਬ, ਬਾਦਸ਼ਾਹ ਦੀ ਲਿਖਤ ਸੁਣ ਕੇ ਗੁਰਦੇਵ ਨੇ ਜਵਾਬ ਵਜੋਂ ਇੱਕ ਚਿੱਠੀ ਲਿਖਵਾਈ ਹੈ। ਜੇ ਮਿਲਬੇ ਲਾਲਸ ਉਪਜਾਇਬ, ਲਿਖਿਆ ਬਾਦਸ਼ਾਹ ਜੇ ਤੇਰੇ ਮਨ ਵਿੱਚ ਸਾਨੂੰ ਮਿਲਣ ਦੀ ਲਾਲਸਾ ਹੈ, ਤੋ ਹਮ ਆਵੇ ਦਿੱਲੀ ਪੁਰ ਕੋ, ਤੇ ਅਸੀਂ ਚੱਲ ਕੇ ਦਿੱਲੀ ਆਵਾਂਗੇ ਤੇਰੇ ਕੋਲ। ਮਿਲ ਕਰ ਕਰੋ ਮਨੋਰਥ ਉਰ ਕੋ, ਔਰ ਤੇਰੇ ਨਾਲ ਮਿਲ ਕੇ ਤੇਰੇ ਮਨ ਦਾ ਜਿਹੜਾ ਮਨੋਰਥ ਆ ਉਹ ਜਾਣਾਂਗੇ ਕਿ ਤੂੰ ਕੀ ਮਨੋਰਥ ਰੱਖਦਾ ਆਪਣੇ ਮਨ ਵਿੱਚ। ਪੂਰਬ ਗੁਰੂ ਘਰ ਕੋ ਬਲ ਸੁਣ ਕੇ, ਪਹਿਲਾਂ ਵੀ ਗੁਰੂ ਘਰ ਦਾ ਬਲ, ਗੁਰੂ ਘਰ ਦੀ ਮਹਿਮਾ ਸੁਣ ਕੇ, ਰਾਮ ਰਾਏ ਬੁਲਵਾਏ ਗੁਣ ਕੈ, ਉਦੋਂ ਬਾਬਾ ਰਾਮ ਰਾਏ ਜੀ ਨੂੰ ਆਪਣੇ ਕੋਲ ਬੁਲਵਾਇਆ ਸੀ, ਤੂੰ ਪਹਿਲਾਂ ਵੀ ਗੁਰੂ ਘਰ ਦਾ ਪ੍ਰਤਾਪ ਸੁਣ ਕੇ ਗੁਰੂ ਘਰੋਂ ਬਾਬਾ ਰਾਮ ਰਾਏ ਜੀ ਨੂੰ ਬੁਲਵਾਇਆ ਸੀ। ਸ੍ਰੀ ਹਰਿ ਕ੍ਰਿਸ਼ਨ ਬਹੁਰ ਬੁਲਵਾਏ, ਫਿਰ ਤੋਂ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਵੀ ਆਪਣੇ ਕੋਲ ਸੱਦਿਆ ਸੀ। ਅਬ ਤੈ ਹਮਰੇ ਨਿਕਟ ਪਠਾਏ, ਹੁਣ ਤੂੰ ਆ ਐਦੀ ਸਾਡੇ ਕੋਲ ਵੀ ਭੇਜੇ ਨੇ ਤੇ ਸਾਨੂੰ ਵੀ ਬੁਲਾਣਾ ਚਾਹੁੰਦਾ ਹੈ। ਤਿੰਨ ਇਹ ਦੇਨ ਕੋ ਲਿਖ ਕਰ ਦਇਓ, ਅਸੀਂ ਆਵਾਂਗੇ ਜ਼ਰੂਰ। ਇਹ ਚਿੱਠੀ ਲਿਖ ਕੇ ਗੁਰਦੇਵ ਨੇ ਉਹਨਾਂ ਐਦੀਆਂ ਨੂੰ ਪਕੜਾਈ ਹੈ। ਕਰਹੇ ਤਥਾ ਜਿਮ ਚਾਹਤ ਭਇਓ, ਜਿਵੇਂ ਚਾਹੁੰਦੇ ਸੀ ਐਦੀ ਉਦਾਂ ਮਹਾਰਾਜ ਜੀ ਨੇ ਕੀਤਾ। ਇਵੇਂ ਉੱਤਰ ਲਿਖਵਾਏ ਗੁਸਾਈ, ਬਾਦਸ਼ਾਹ ਦੀ ਮਰਜ਼ੀ ਦੇ ਮੁਤਾਬਕ ਗੁਰਦੇਵ ਨੇ ਉਹਨੂੰ ਜਵਾਬ ਦੇ ਦਿੱਤਾ ਹੈ। ਕੇਤਕ ਤਨ ਦੀਨ ਸਤਿਨ ਤਾਈ, ਹੁਣ ਐਦੀ ਸੁਧਰ ਚੁੱਕੇ ਸੀ। ਉਹਨਾਂ ਵੇਲਿਆਂ ਵਿੱਚ ਅਕਸਰ ਐਸਾ ਵਿਧਾਨ ਵੀ ਸੀ, ਤੋ ਇਹ ਲੈ ਕੇ ਆਏ ਨੇ ਚਿੱਠੀ, ਇਹਨਾਂ ਨੂੰ ਥੋੜਾ ਬਹੁਤਾ ਜਿਹੜਾ ਸਫ਼ਰ ਖਰਚ ਆ ਉਹ ਦੇਣਾ ਹੁੰਦਾ ਸੀ।
ਤੋ ਉਹ ਗੁਰਦੇਵ ਨੇ ਖਜ਼ਾਨਚੀ ਨੂੰ ਹੁਕਮ ਕਰਕੇ ਨਾਇਦੀਆਂ ਨੂੰ ਦਿੱਤਾ, ਕੋਈ ਰਿਸ਼ਵਤ ਵਜੋਂ ਨਹੀਂ ਦਿੱਤਾ। ਜਿਵੇਂ ਕੁਝ ਜਿਹੜਾ ਸਰਕਾਰੀ ਅਹਿਦ ਹੁੰਦਾ ਹੈ, ਮੁਕਰਰ ਕੀਤਾ ਹੁੰਦਾ ਵੀ ਇਹ ਖਰਚਾ ਜਿਹੜਾ ਦੇਣਾ, ਉਹ ਖਜ਼ਾਨਚੀ ਨੇ ਦਿੱਤਾ ਹੈ। ਹਤੇ ਲੋਭ ਤੇ ਲੈ ਨਰਮਾਏ, ਔਰ ਉਹ ਧੰਨ ਇਹਨਾਂ ਨੇ ਲੈ ਵੀ ਲਿਆ, ਕਿਉਂਕਿ ਲਾਲਚ ਦੀ ਬਿਰਤੀ ਤਾਂ ਸੀਗੀ ਨਾ ਮਨ ਚ, ਤੋ ਉਹ ਇਹਨਾਂ ਨੇ ਲੈ ਵੀ ਲਿਆ। ਹਾਂਜੀ, ਗੁਰ ਕੇ ਸਮੁਖ ਨਾ ਕਛੂ ਅਲਾਏ, ਬੋਲੇ ਨੀ ਕੁਝ ਸਤਿਗੁਰਾਂ ਦੇ ਸਨਮੁਖ, ਕਿਸੇ ਵੀ ਤਰ੍ਹਾਂ ਦਾ ਕੋਈ ਸ਼ਬਦ ਇਹਨਾਂ ਨੇ ਆਪਣੇ ਮੂੰਹੋਂ ਨਹੀਂ ਬੋਲਿਆ। ਵਿਦਾ ਹੋਏ ਕਰ ਅਹਦੀ ਚਾਲੇ, ਚੁੱਪਚਾਪ ਹੀ ਆ ਕੇ ਚਿੱਠੀ ਦਿੱਤੀ, ਚਿੱਠੀ ਦਾ ਜਵਾਬ ਲਿਆ, ਔਰ ਚੁੱਪਚਾਪ ਹੀ ਉਥੋਂ ਪਿੱਛੇ ਨੂੰ ਵਾਪਸ ਚਲੇ ਗਏ। ਚੜ ਮੰਚਨ ਪਰ ਪੂਰਬ ਢਾਲੇ, ਜਿਵੇਂ ਪਹਿਲਾਂ ਪਲਗਿਆਂ ਤੇ ਬਹਿ ਕੇ ਆਏ ਸੀ, ਉਸੇ ਤਰ੍ਹਾਂ ਪਲਗਿਆਂ ਤੇ ਬਹਿ ਕੇ ਪਿੱਛੇ ਨੂੰ ਮੁੜ ਗਏ। ਸਨੇ ਸਨੇ ਤੈਸੇ ਚੱਲ ਗਏ, ਉਸੇ ਤਰ੍ਹਾਂ ਇੱਕ ਪਿੰਡ ਤੋਂ ਦੂਜੇ, ਦੂਜੇ ਤੋਂ ਤੀਜੇ ਪਿੰਡ ਤੱਕ ਹੁੰਦੇ ਹੋਏ ਮੰਜਿਆਂ ਤੇ ਬੈਠੇ ਹੋਏ ਇਹ ਦਿੱਲੀ ਨੂੰ ਤੁਰੇ ਜਾ ਰਹੇ ਨੇ। ਦਿੱਲੀ ਵਿਖੇ ਪ੍ਰਵੇਸ਼ਤ ਭਏ, ਚਲਦੇ ਚਲਦੇ ਦਿੱਲੀ ਆਏ, ਦਿੱਲੀ ਵਿੱਚ ਇਹਨਾਂ ਨੇ ਪ੍ਰਵੇਸ਼ ਕੀਤਾ। ਨੌ ਰੰਗ ਨਿਕਟ ਪਹੁੰਚੇ ਜਾਏ, ਇਹ ਨਰੰਗੇ ਦੇ ਕੋਲ ਪਹੁੰਚੇ ਹਨ। ਕਾਗਜ਼ ਦੇ ਉਹ ਪ੍ਰਸੰਗ ਸੁਣਾਏ, ਔਰ ਜਾ ਕੇ ਜਿਹੜਾ ਕਾਗਜ਼ ਸੀ ਉਹ ਬਾਦਸ਼ਾਹ ਨੂੰ ਦਿੱਤਾ ਤੇ ਸਾਰਾ ਪ੍ਰਸੰਗ ਸੁਣਾਇਆ। ਕਹਿਓ ਗੁਰੂ ਹਮ ਪੀਤ ਹਯਾਵੇ, ਕਹਿਣ ਲੱਗੇ ਬਾਦਸ਼ਾਹ, ਗੁਰੂ ਸਾਹਿਬ ਨੇ ਕਿਹਾ ਕਿ ਅਸੀਂ ਆਪ ਚੱਲ ਕੇ ਆਵਾਂਗੇ ਤੇਰੇ ਕੋਲ। ਕੀਤਕ ਬਾਸੁਰ ਸਮਾਂ ਬਿਤਾਵੇ, ਆ ਕੇ ਤੇਰੇ ਕੋਲ ਪਰ ਕੁਝ ਦਿਨ ਠਹਿਰ ਕੇ ਆਵਾਂਗੇ। ਆਬ ਆਯੋ ਚੌਮਾਸਾ ਕਾਲ, ਉਹਦਾ ਕਾਰਨ ਇਹ ਹੈ ਵੀ ਹੁਣ ਚੌਮਾਸੇ ਦੇ ਦਿਨ ਆ ਰਹੇ ਨੇ ਨੇੜੇ, ਬਰਸਾਤਾਂ ਦੇ ਦਿਨ। ਚੌਮਾਸਾ ਕਹਿੰਦੇ ਨੇ ਬਰਸਾਤਾਂ ਦੇ ਦਿਨਾਂ ਨੂੰ, ਸਾਵਣ ਭਾਦਰੋਂ ਦੇ ਜਿਹੜੇ ਦੋ ਮਹੀਨੇ ਨੇ ਚੌਮਾਸੇ ਦੇ ਮਹੀਨੇ ਕਹਾਉਂਦੇ। ਮਹਾਰਾਜ ਜੀ ਨੇ ਇਸ ਕਰਕੇ ਇਹ ਵੀ ਜਵਾਬ ਦਿੱਤਾ, ਆਖਿਆ ਬਾਦਸ਼ਾਹ ਸਤਿਗੁਰੂ ਜੀ ਇਸ ਕਰਕੇ ਅਟਕ ਕੇ ਆਉਣਾ ਚਾਹੁੰਦੇ ਨੇ ਕਿਉਂਕਿ ਉਹ ਕਹਿੰਦੇ ਹਾਲੇ ਆਉਣ ਵਾਲੇ ਸਮੇਂ ਚ ਚੌਮਾਸੇ ਦੇ ਦਿਨ ਆ ਰਹੇ ਨੇ। ਮਗ ਮੈਂ ਪਾਨੀ ਪੰਕ ਵਿਸਾਲ, ਚੌਮਾਸੇ ਦੇ ਦਿਨਾਂ ਚ ਸਫ਼ਰ ਨਹੀਂ ਹੁੰਦਾ, ਰਸਤਾ ਪਾਣੀਆਂ ਨਾਲ ਭਰ ਜਾਂਦਾ। ਅੱਜ ਵਾਂਗੂ ਨਹੀਂ ਸੀ ਹੁੰਦੀਆਂ ਪੱਕੀਆਂ ਸੜਕਾਂ, ਉਹਨਾਂ ਦਿਨਾਂ ਚ ਲੋਕ ਜਦੋਂ ਬਰਸਾਤਾਂ ਦੇ ਦਿਨ ਹੁੰਦੇ ਸਫ਼ਰ ਨਹੀਂ ਸੀ ਕਰਦੇ, ਕੱਚੀਆਂ ਸੜਕਾਂ ਹੁੰਦੀਆਂ ਸੀ, ਕੱਚੇ ਰਾਹ ਹੋਣੇ, ਪਾਣੀ ਖਲੋ ਜਾਣਾ। ਤੋ ਇਸ ਕਰਕੇ ਗੁਰਦੇਵ ਨੇ ਇਹ ਜਵਾਬ ਭੇਜਿਆ ਬਾਦਸ਼ਾਹ, ਉਹ ਕਹਿੰਦੇ ਵੀ ਹੁਣ ਚੌਮਾਸੇ ਦੇ ਦਿਨਾਂ ਚ ਰਸਤਿਆਂ ਚ ਪਾਣੀ ਭਰ ਜਾਣਾ ਤੇ ਸਾਨੂੰ ਆਉਣਾ ਔਖਾ ਹੋਵੇਗਾ। ਸੁਣਿਓ ਰੰਗ ਤਬ ਤੂਸ਼ਣ ਹੋਇਓ, ਅਸੀਂ ਇਹ ਚੌਮਾਸੇ ਦੇ ਦਿਨ ਬਤੀਤ ਕਰਕੇ ਆਵਾਂਗੇ। ਬਾਦਸ਼ਾਹ ਨੇ ਜਦੋਂ ਇਹ ਗੱਲ ਸੁਣੀ, ਸੁਣ ਕੇ ਚੁੱਪ ਕਰ ਗਿਆ ਵੀ ਇਹ ਵੀ ਗੱਲ ਠੀਕ ਹੈ ਜੋ ਗੁਰੂ ਜੀ ਨੇ ਸੁਨੇਹਾ ਭੇਜਿਆ। ਆਵਹਿ ਆਪ ਵਿਚਾਰਤ ਜੋਇਓ, ਮਨ ਚ ਸੋਚਦਾ ਵੀ ਉਹ ਤਾਂ ਚਲੋ ਆਪ ਹੀ ਆਉਣ ਨੂੰ ਤਿਆਰ ਹੋ ਗਏ ਨੇ, ਜੇ ਨਾ ਨੁੱਕਰ ਕਰਦੇ ਤੇ ਫਿਰ ਮੈਂ ਕੋਈ ਦੂਜਾ ਰਾਹ ਅਪਣਾਉਂਦਾ, ਪਰ ਉਹ ਤਾਂ ਕਹਿ ਰਹੇ ਨੇ ਵੀ ਅਸੀਂ ਆਵਾਂਗੇ, ਤੇ ਮੈਂ ਇਹ ਜਾਣਦਾ ਵੀ ਜੇ ਉਹਨਾਂ ਨੇ ਆਖਿਆ ਵੀ ਆਵਾਂਗੇ ਤੇ ਫਿਰ ਉਹ ਆਉਣਗੇ, ਕਿਉਂਕਿ ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਹਾਂਜੀ, ਇਤ ਸਤਿਗੁਰ ਨਿਜ ਤਿਆਰੀ ਕੀਨਾ, ਸਤਿਗੁਰੂ ਜੀ ਨੇ ਆਨੰਦਪੁਰ ਸਾਹਿਬ ਤੋਂ ਚੱਲਣ ਦੀ ਤਿਆਰੀ ਕੀਤੀ। ਬਸਨੇ ਆਨੰਦਪੁਰ ਕੋ ਤਜ ਦੀਨ, ਗੁਰਦੇਵ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਵਸੇਬਾ ਛੱਡਿਆ ਹੈ। ਅਲਪਦਾਸ ਆਪਣੇ ਸੰਗ ਲੀਨ, ਕੁਝ ਸੇਵਾਦਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਾਲ ਲਏ। ਕਾਰਨ ਕਰਨ ਵਿਸਾਲ ਪ੍ਰਵੀਨ, ਐਸੇ ਸਤਿਗੁਰੂ ਜੀ ਜੋ ਕਰਨ ਤੇ ਕਰਾਉਣ ਵਾਲੇ ਸਾਰੇ ਜਗਤ ਦੇ ਕਾਰਨ ਸਰੂਪ ਨੇ। ਮਾਸ ਅਸਾੜ ਬਿਖੈ ਪ੍ਰਸਥਾਨੇ, ਅਸਾੜ ਦਾ ਮਹੀਨਾ ਸੀ, ਹਾੜ ਦੇ ਮਹੀਨੇ ਸਤਿਗੁਰੂ ਜੀ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲੇ। ਸਿੱਖ ਮਸੰਦ ਹੋਏ ਵਿਦਾ ਪਿਆਨੇ, ਔਰ ਸਾਰੇ ਸਿੱਖਾਂ ਨੂੰ ਮਸੰਦਾਂ ਨੂੰ ਹੌਸਲਾ ਦੇ ਕੇ ਕੁਝ ਕੁ ਸਿੱਖਾਂ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਤੋਂ ਚੱਲੇ। ਨਿਜ ਨਿਜ ਦੇਸ਼ਨ ਕੋ ਚੱਲ ਗਏ, ਜਿਹੜੇ ਮਸੰਦ ਸੰਗਤ ਆਈ ਹੋਈ ਸੀ ਬਾਹਰੋਂ ਵਿਦੇਸ਼ਾਂ ਚੋਂ ਮਿਲਣ ਲਈ, ਉਹਨਾਂ ਨੂੰ ਸਤਿਗੁਰੂ ਜੀ ਨੇ ਵਿਦਾ ਕੀਤਾ ਸਿਰੇ ਪਾਉ ਦੇ ਕੇ।
ਉਹ ਸਤਿਗੁਰਾਂ ਕੋਲੋਂ ਵਿਦਾ ਹੋ ਕੇ ਆਪੋ ਆਪਣਿਆਂ ਦੇਸ਼ਾਂ ਨੂੰ ਚਲੇ ਗਏ। ਸਤਿਗੁਰ ਸ਼ੀਲ ਸਰਾਹਤ ਭਏ, ਜਾਂਦਿਆਂ ਸਤਿਗੁਰਾਂ ਦੀ ਸਲਾਘਾ ਕਰਦੇ ਨੇ, ਸਤਿਗੁਰਾਂ ਦੀਆਂ ਸਿਫਤਾਂ ਕਰਦੇ ਜਾਂਦੇ ਹਨ। ਸ੍ਰੀ ਪ੍ਰਭੂ ਪੂਰਬ ਕੋ ਮੁਖ ਕਰੇ, ਸਤਿਗੁਰੂ ਜੀ ਨੇ ਆਨੰਦਪੁਰ ਸਾਹਿਬ ਤੋਂ ਚੜ੍ਹਦੇ ਵੱਲ ਮੁਖ ਕੀਤਾ, ਤੁਰ ਪਏ। ਨਿਤ ਪ੍ਰਤ ਮਜਲ ਅਲਪ ਹੀ ਥਰੇ, ਰਸਤੇ ਵਿਚ ਸਤਿਗੁਰੂ ਜੀ ਬਹੁਤ ਸਾਰੇ ਨਗਰਾਂ ਵਿਚ ਹੁੰਦੇ ਹੋਏ, ਭਰਤਗੜ ਵਗੈਰਾ ਬਹੁਤ ਸਾਰੇ ਰੋਪੜ ਇਨ੍ਹਾਂ ਨਗਰਾਂ ਤੋਂ ਹੁੰਦੇ ਹੋਏ ਸਤਿਗੁਰੂ ਜੀ ਚੱਲਦੇ ਆ ਰਹੇ ਨੇ। ਬਸਹ ਨਹੀਂ ਤਬ ਪੁਰ ਪਟਿਆਰਾ, ਸਤਿਗੁਰੂ ਜੀ ਚੱਲਦੇ ਚੱਲਦੇ ਆਪਣੇ ਇਸ ਨਗਰ ਦੇ ਨੇੜੇ ਆਏ ਨੇ। ਭਾਈ ਸਾਹਿਬ ਕਹਿੰਦੇ ਉਦੋਂ ਪਟਿਆਲਾ ਨਹੀਂ ਸੀ ਵਸਦਾ, ਪਟਿਆਲਾ ਨਗਰ ਤਾਂ ਬਾਬੇ ਆਲਾ ਸਿੰਘ ਨੇ ਬਾਅਦ ਚ ਵਸਾਇਆ, ਇਹ ਵੀ ਨੌਵੇਂ ਪਾਤਸ਼ਾਹ ਇੱਥੇ ਬਹਿ ਕੇ ਬਚਨ ਕਰਕੇ ਗਏ ਸੀ ਕਿ ਸਿੱਖਾਂ ਦੀ ਉੱਘੀ ਰਾਜਧਾਨੀ ਹੋਵੇਗੀ ਇੱਥੇ ਸੰਘਣੀ ਬਸ। ਉਹਨੇ ਕਿਹਾ ਸੀ ਨਾ ਭਾਗਮਲ ਝੀਵਰ ਮਹਾਰਾਜ, ਵਸੋਂ ਨਹੀਂ ਹੁੰਦੀ ਮਹਾਰਾਜ, ਕਹਿੰਦੇ ਵੱਡੀ ਵਸੋਂ ਹੋਵੇਗੀ, ਆਬਾਦੀ ਹੋਵੇਗੀ। ਤੋ ਸਤਿਗੁਰੂ ਸੱਚੀ ਪਾਤਸ਼ਾਹ ਜਦੋਂ ਆਏ ਉਦੋਂ ਕਹਿੰਦੇ ਪਟਿਆਲਾ ਨਗਰ ਜਿਹੜਾ ਇਹ ਨਹੀਂ ਸੀ ਵਸਦਾ। ਇਤ ਕੋ ਆਏ ਗੁਰੂ ਉਦਾਰਾ, ਇਧਰ ਪਟਿਆਲੇ ਵੱਲ ਚੱਲਦਿਆਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਆਏ। ਸੈਫ ਦੇਨ ਇੱਕ ਤੁਰਕ ਪਲੇਰਾ, ਪਟਿਆਲੇ ਦੇ ਨੇੜੇ ਸੈਫਾਬਾਦ ਜਿੱਥੇ ਸੈਫ ਦੀਨ ਨਾਮ ਦਾ ਇੱਕ ਮੁਸਲਮਾਨ ਰਹਿੰਦਾ ਹੈ। ਨਿਜਪੁਰ ਕੋ ਬਸਾਏ ਤਸਬੇਰਾ, ਸੈਫਾਬਾਦ ਦਾ ਬੜਾ ਵੱਡਾ ਨਗਰ ਸੀ, ਇੱਥੇ ਨੇ ਕਿਲਾ ਬਣਾਇਆ ਹੋਇਆ ਸੀ ਬੜਾ ਸੁੰਦਰ, ਜਿਹਨੂੰ ਅੱਜ ਕੱਲ ਆਪਾਂ ਬਹਾਦਰਗੜ੍ਹ ਕਿਲਾ ਕਹਿੰਦੇ ਹਾਂ। ਇਹ ਹੁਣ ਤੱਕ ਇਹਦਾ ਨਾਮ ਸੈਫਾਬਾਦ ਹੀ ਰਿਹਾ, ਜਦੋਂ ਪਟਿਆਲੇ ਦਾ ਰਾਜਾ ਅਮਰ ਸਿੰਘ ਸੀ ਉਹਨੇ ਸੈਫ ਦੀਨ ਦੀ ਜਿਹੜੀ ਅੱਗੇ ਔਲਾਦ ਸੀ ਉਹਨਾਂ ਕੋਲੋਂ ਇਹ ਕਿਲਾ ਖਰੀਦ ਲਿਆ ਸੀ ਤੇ ਫਿਰ ਇਸ ਜਗ੍ਹਾ ਦਾ ਨਾਮ ਉਹਨੇ ਬਹਾਦਰਗੜ੍ਹ ਕਿਲਾ, ਗੜ੍ਹ ਨਾਮ ਹੁੰਦਾ ਕਿਲੇ ਦਾ ਨੌਵੇਂ ਪਾਤਸ਼ਾਹ ਦੇ ਨਾਂ ਤੇ, ਇਹਨੂੰ ਬਹਾਦਰਗੜ੍ਹ ਨਾਂ ਦਿੱਤਾ ਸੀ ਰਾਜੇ ਅਮਰ ਸਿੰਘ ਉਹਨਾਂ ਨੇ। ਤੂੰ ਸੈਫ ਦੀਨ, ਇਤਿਹਾਸਕਾਰ ਇਹ ਵੀ ਲਿਖਦੇ ਆ ਵੀ ਔਰੰਗਜ਼ੇਬ ਬਾਦਸ਼ਾਹ ਦਾ ਇਹ ਰਿਸ਼ਤੇਦਾਰ ਵੀ ਸੀ ਔਰੰਗਜ਼ੇਬ ਦਾ, ਕੋਈ ਕਹਿੰਦੇ ਵੀ ਉਹਦੀ ਮਾਸੀ ਦਾ ਪੁੱਤ ਸੀ, ਉਹਦਾ ਭਰਾ ਸੀ ਤੇ ਇਹ ਬੜਾ ਭਲੀ ਬਿਰਤੀ ਵਾਲਾ ਸੀ ਸੈਫ ਦੀਨ। ਗੁਰੂ ਨੌਵੇਂ ਪਾਤਸ਼ਾਹ ਜੀ ਦਾ ਸ਼ਰਧਾਲੂ ਸੀ, ਮਹਾਰਾਜ ਜੀ ਦੇ ਦਰਸ਼ਨਾਂ ਦੀ ਇਹਦੇ ਅੰਦਰ ਸਿੱਖ ਸੀ। ਸੈਫਾਬਾਦ ਨਾਮ ਤੇ ਸਰਾਖਾ, ਇਹ ਜਿੱਥੇ ਰਹਿੰਦਾ ਇਹਦਾ ਨਾਂ ਸੈਫ ਦੀਨ ਹੈ ਤੇ ਆਪਣੇ ਨਾਂ ਦੇ ਉੱਤੇ ਹੀ ਇਹਨੇ ਇਸ ਨਗਰ ਦਾ ਨਾਮ ਸੈਫਾਬਾਦ ਰੱਖਿਆ ਹੋਇਆ। ਗੁਰ ਜਸ ਸੁਣਤ ਦਰਸ਼ ਕੋ ਕਾਂਖਾ, ਸਤਿਗੁਰਾਂ ਦਾ ਜਸ ਤੇ ਸੁਣਦਾ ਮਹਾਰਾਜ ਜੀ ਦਾ ਸ਼ਰਧਾਲੂ ਹੈ, ਔਰ ਇਹਦੇ ਅੰਦਰ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਕਾਂਖਾ ਬਣੀ ਹੋਈ ਹੈ। ਚਿਤਵਤ ਰਹਿਤ ਜਾਉ ਤਿਸ ਪਾਸ, ਇਹ ਸੋਚਦਾ ਰਹਿੰਦਾ ਵੀ ਕਦੇ ਸਮਾਂ ਲੱਗਾ ਤੇ ਆਨੰਦਪੁਰ ਸਾਹਿਬ ਜਾ ਕੇ ਮੈਂ ਗੁਰੂ ਜੀ ਦੇ ਦਰਸ਼ਨ ਕਰਕੇ ਆਵਾਂਗਾ। ਸੁਨਹੋ ਤਿਨਹੋ ਤੇ ਬਾਕ ਬਿਲਾਸ, ਉੱਥੇ ਜਾ ਕੇ ਉਹਨਾਂ ਦੇ ਕੋਲੋਂ ਬਚਨ ਸੁਣਾਂਗਾ, ਉਹਨਾਂ ਦੇ ਕੋਲੋਂ ਬਚਨ ਬਿਲਾਸ ਸੁਣਾਂਗਾ। ਅਟਕਿਓ ਰਹਿਤ ਕਾਜ ਕਰਕੇ ਰੇ, ਪਰ ਇਲਾਕੇ ਦਾ ਚੌਧਰੀ ਸੀ, ਘਰ ਦੇ ਕੰਮ ਕਾਰ ਇੰਨੇ ਸਨ ਵੀ ਇਹਨੂੰ ਸਮਾਂ ਨੀ ਲੱਗਾ ਜਾਣ ਦਾ। ਗੁਰੂ ਸਾਹਿਬ ਦੇ ਦਰਸ਼ਨ ਇਹਨੇ ਪਹਿਲਾਂ ਵੀ ਕੀਤੇ ਹੋਏ ਸੀ, ਦੁਬਾਰਾ ਜਾਣਾ ਚਾਹੁੰਦਾ ਸੀ ਵੀ ਸਤਿਗੁਰਾਂ ਨੂੰ ਮਿਲ ਕੇ ਆਵਾਂ, ਪਰ ਕੰਮ ਕਾਰ ਇੰਨੇ ਜ਼ਿਆਦਾ ਉਹਦੇ ਚ ਰੁੱਝਿਆ ਹੋਇਆ, ਇਹਨੂੰ ਸਮਾਂ ਨੀ ਲੱਗਾ ਜਾਣ ਦਾ, ਪਰ ਇਹਦੇ ਮਨ ਚ ਇੱਛਾ ਜ਼ਰੂਰ ਸੀ ਦਰਸ਼ਨਾਂ ਦੀ। ਨਹੀਂ ਅਵਕਾਸ਼ ਲਹੋ ਕਿਸ ਬੇਰੇ, ਇਹ ਜਾਣ ਦੀਆਂ ਤਿਆਰੀਆਂ ਹੀ ਕਰ ਰਿਹਾ ਸੀ ਪਰ ਹਾਲੇ ਸਮਾਂ ਨੀ ਸੀ ਲੱਗ ਰਿਹਾ। ਤੌਰ ਦੇ ਮੈਂ ਪਿਆਸ ਬਡੇਰੀ, ਪਰ ਇਹਦੇ ਅੰਦਰ ਪਿਆਸ ਬੜੀ ਸੀ ਗੁਰੂ ਦਰਸ਼ਨਾਂ ਦੀ, ਸੈਫ ਦੀਨ ਦੇ ਅੰਦਰ ਪ੍ਰੇਮ ਬੜਾ ਸੀ। ਇਹ ਵੀ ਮੁਸਲਮਾਨ ਹੈ ਤੇ ਔਰੰਗਜ਼ੇਬ ਵੀ ਮੁਸਲਮਾਨ ਹੈ, ਪਰ ਸਤਿਗੁਰੂ ਜੀ ਦੇ ਪ੍ਰਤੀ ਮਨ ਚ ਸ਼ਰਧਾ ਹੈ। ਸਮਾਣੇ ਵਿਚ ਵੀ ਜਦੋਂ ਗੁਰੂ ਸਾਹਿਬ ਗਏ ਤੇ ਇੱਕ ਗੜੀ ਚ ਰਹੇ ਮਹਾਰਾਜ, ਜਿੱਥੇ ਗੁਰਦੁਆਰਾ ਗੜੀ ਸਾਹਿਬ ਹੈ, ਉਹ ਵੀ ਮੁਸਲਮਾਨ ਸੀ ਤੇ ਕੁਝ ਐਦੀ ਜਿਹੜੇ ਉੱਥੇ ਸਿਪਾਹੀ ਲੱਭਦੇ ਫਿਰਦੇ ਸੀ ਉਹ ਵੀ ਮੁਸਲਮਾਨ ਸੀ ਵੀ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰਨਾ।
ਇਸ ਕਰਕੇ ਸਾਰਿਆਂ ਨੂੰ ਆਪਾਂ ਤੱਕੜੀ ਦੇ ਇੱਕੋ ਪੱਲੇ ਦੇ ਛਾਬੇ ਚ ਰੱਖ ਕੇ ਨਹੀਂ ਤੋਲ ਸਕਦੇ। ਕਹਿ ਦਿੰਦੇ ਆ ਸਿਆਣੇ ਵੀ ਪੰਜੇ ਉਂਗਲਾਂ ਇੱਕ ਬਾਰ ਇੱਕ ਬਰਾਬਰ ਇੱਕ ਸਾਰ ਨਹੀਂ ਹੁੰਦੀਆਂ, ਸਭ ਦਾ ਆਪਣਾ ਆਪਣਾ ਆਕਾਰ ਹੁੰਦਾ। ਇਸ ਕਰਕੇ ਗੁਰੂ ਸਾਹਿਬ ਜੀ ਦਾ ਜਿਹੜਾ ਘਰ ਹੈ ਨਾ, ਇਹ ਕਿਸੇ ਇੱਕ ਮਜ਼ਹਬ ਦਾ ਵਿਰੋਧੀ ਨਹੀਂ ਹੈ, ਸਿਰਫ ਜ਼ੁਲਮ ਦਾ ਵਿਰੋਧੀ ਹੈ। ਜ਼ੁਲਮ ਹਿੰਦੂ ਕਰੇ ਉਹਦਾ ਟਾਕਰਾ ਕਰਨਾ, ਜ਼ੁਲਮ ਮੁਸਲਮਾਨ ਕਰੇ ਉਹਦੇ ਨਾਲ ਟਾਕਰਾ, ਜਿੱਥੇ ਜਿਹੜਾ ਜ਼ੁਲਮ ਕਰੇਗਾ ਉਹਦੇ ਨਾਲ ਟਾਕਰਾ। ਤੂੰ ਸੈਫਦੀਨ ਦੇ ਮਨ ਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਪਿਆਸ ਬੜੀ ਸੀ ਕਿ ਜਦੋਂ ਸਬੱਬ ਬਣੇ ਤੇ ਮੈਂ ਸਤਿਗੁਰਾਂ ਦੇ ਦਰਸ਼ਨ ਕਰਾਂ। ਮਿਲਹਿ ਗੁਰੂ ਕੋ ਚੱਲ ਕਿਸ ਬੇਰੀ, ਮੈਂ ਕਦੋਂ ਚੱਲ ਕੇ ਸਤਿਗੁਰਾਂ ਨੂੰ ਮਿਲਾਂ, ਐਸੀ ਤਾਂਘ ਸੀ। ਅੰਤਰਜਾਮੀ ਸਤਿਗੁਰ ਜਾਨੀ, ਅੰਤਰਜਾਮੀ ਸਤਿਗੁਰਾਂ ਨੇ ਇਹਦੇ ਮਨ ਦੀ ਇੱਛਾ ਜਾਣੀ। ਦਰਸ਼ਨ ਕੋ ਚਾਹਤ ਹਿਤ ਠਾਨੀ, ਮਹਾਰਾਜ ਜੀ ਨੇ ਵੇਖਿਆ ਵੀ ਇਹਦੇ ਮਨ ਚ ਸਾਡੇ ਦਰਸ਼ਨਾਂ ਦੀ ਇੱਛਾ ਹੈ। ਉਤਰੇ ਤਹਾ ਜਾਏ ਪੁਰ ਨੇੜੇ, ਸਤਿਗੁਰੂ ਜੀ ਇਹਦੇ ਨਗਰ ਦੇ ਨੇੜੇ ਆਣ ਕੇ ਉਤਰੇ ਨੇ। ਸਕਲ ਆਏ ਲਾਗਿਓ ਤਬ ਡੇਰੇ, ਔਰ ਡੇਰੇ ਲੱਗ ਗਏ ਬਹੁਤ ਸਾਰੇ ਜਿਹੜੇ ਸਿੱਖ ਨੇ ਨਾਲ ਉਤਰੇ ਹਨ। ਸੈਫਦੀਨ ਟਿਗ ਕਿਨਹੋਂ ਬਖਾਨਾ, ਕਿਸੇ ਨੇ ਸੈਫਾਬਾਦ ਜਾ ਕੇ ਸੈਫਦੀਨ ਨੂੰ ਖਬਰ ਦਿੱਤੀ, ਉਤਰਿਓ ਆਏ ਨਹੀਂ ਕੋ ਜਾਨਾ। ਕਹਿਣ ਲੱਗੇ ਸੈਫਦੀਨ ਵੀ ਕੋਈ ਇੱਥੇ ਬਾਹਰ ਕੁਝ ਦੂਰੀ ਤੇ ਉਤਰਿਆ ਹੋਇਆ ਵੀ ਪਤਾ ਨਹੀਂ ਕੌਣ ਹੈ। ਸ਼ੁੱਧ ਹਿਤ ਸੁਣ ਕੇ ਮਨਜ ਪਠਾਇਓ, ਸੈਫਦੀਨ ਨੇ ਬੰਦਾ ਭੇਜਿਆ ਆਪਣਾ ਵੀ ਪਤਾ ਕਰੋ ਕੌਣ ਹਨ। ਬੋਜ ਗਯੋ ਤਨ ਜਾਏ ਬਤਾਇਓ, ਉਹਨੇ ਜਾ ਕੇ ਪੁੱਛਿਆ, ਪੁੱਛ ਕੇ ਉਹ ਵਾਪਸ ਆਇਆ ਤੇ ਸੈਫਦੀਨ ਨੂੰ ਦੱਸਿਆ, ਜਿਸ ਕੇ ਸੰਗ ਮਿਲਨ ਤੁਮ ਚਾਹੋ। ਆਖਿਆ ਸੈਫਦੀਨ ਤਿਆਰੀ ਕਰ ਲੈ ਲੈ ਭੇਟਾਵਾਂ, ਕਿਉਂਕਿ ਜਿਨ੍ਹਾਂ ਦੇ ਦਰਸ਼ਨਾਂ ਦੀ ਕਾਂਖਾ ਤੂੰ ਰੱਖਦਾ ਤੇ ਕਹਿਣਾ ਵੀ ਮੈਂ ਜਾ ਕੇ ਦਰਸ਼ਨ ਕਰਕੇ ਆਵਾਂ, ਉਹ ਆਪ ਆ ਗਏ ਨੇ ਤੈਨੂੰ ਦਰਸ਼ਨ ਦੇਣ, ਉਹ ਆਪ ਆ ਗਏ ਨੇ ਤੇਰੇ ਤੇ ਤਰਸ ਕਰਨ ਵਾਸਤੇ। ਔਂਚ ਕਸੋ ਪਹੁੰਚੇ ਅਬ ਪਾਹੋ, ਅਕਸ਼ ਮਾਤਰ ਹੀ ਅਚਾਨਕ ਹੀ ਆ ਗਏ ਨੇ ਉਹ ਤੇਰੇ ਭਾਗ ਚੰਗੇ ਸਮਝ ਕੇ। ਸ੍ਰੀ ਗੁਰੂ ਤੇਗ ਬਹਾਦੁਰ ਅਹ, ਭਲਾ ਕੌਣ ਨੇ ਉਹ? ਸੈਫਦੀਨ ਨੂੰ ਦੱਸਦੇ ਆ, ਦੱਸਾਂ ਤੈਨੂੰ ਕੌਣ ਨੇ? ਉਹ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ, ਦੀਨ ਦੁਨੀਆ ਦੇ ਮਾਲਕ ਨੇ, ਉਹ ਆਏ ਹੋਏ ਨੇ। ਸੰਗੀ ਨਰ ਬੂਝੇ ਸੋ ਕਹੈ, ਮੈਂ ਉਹਨਾਂ ਦੇ ਨਾਲ ਜਿਹੜੇ ਸੰਗੀ ਨੇ ਉਹਨਾਂ ਨੂੰ ਪੁੱਛ ਕੇ ਆਇਆ, ਮੈਨੂੰ ਉਹਨਾਂ ਨੇ ਦੱਸਿਆ। ਸੈਫਦੀਨ ਸੁਣ ਕਰ ਹਰ ਖਾਇਓ, ਸੈਫਦੀਨ ਸੁਣ ਕੇ ਚਾਹ ਚੜ ਗਿਆ, ਇਹਦੇ ਅੰਦਰ ਖੁਸ਼ੀ ਚੜ ਗਈ। ਤਤ ਛਿਨ ਆਪ ਮਿਲਨ ਕੋ ਆਇਓ, ਤਤ ਛਿਨ ਭੇਟਾਵਾਂ ਲਈਆਂ, ਚੱਲ ਕੇ ਸਤਿਗੁਰਾਂ ਨੂੰ ਮਿਲਣ ਆਇਆ। ਕਿਤਕ ਸ਼ਰਫੇ ਆਗੇ ਧਰਕੈ, ਸੋਨੇ ਦੀਆਂ ਸ਼ਰਫੀਆਂ ਇਹਨੇ ਮਹਾਰਾਜ ਜੀ ਦੇ ਅੱਗੇ ਰੱਖੀਆਂ। ਦੇ ਪਦ ਨੰਬਰੀ ਸਿਰ ਕਰਕੇ, ਸਿਰ ਨੀਵਾਂ ਕਰਕੇ ਗੁਰਦੇਵ ਦੇ ਚਰਨਾਂ ਤੇ ਮੱਥਾ ਟੇਕਿਆ। ਕਹਿਤ ਪਯੋ ਮੁਝ ਕਰਿਓ ਨਿਹਾਲ, ਸੈਫਦੀਨ ਬੋਲਿਆ, ਮਹਾਰਾਜ ਆਪ ਜੀ ਨੇ ਮੈਨੂੰ ਨਿਹਾਲ ਕਰ ਦਿੱਤਾ ਹੈ, ਮੈਨੂੰ ਕਿਰਤਾਰਥ ਕਰ ਦਿੱਤਾ ਹੈ। ਦਰਸ਼ਨ ਦੇਣ ਸੋ ਆਣ ਕਿਰਪਾਲ, ਇਹ ਕਿਰਪਾਲੂ ਸਤਿਗੁਰੂ ਜੀ ਤੁਸੀਂ ਆਣ ਕੇ ਮੈਨੂੰ ਦਰਸ਼ਨ ਦੇ ਦਿੱਤੇ ਹਨ। ਅਬ ਪਹੁੰਚੋ ਹੈ ਆਣ ਚੁਮਾਸਾ, ਮਹਾਰਾਜ ਮੇਰੀ ਇੱਛਾ ਵੀ ਹੁਣ ਚੁਮਾਸਾ ਹੈ, ਚੁਮਾਸੇ ਦੇ ਦਿਨ ਨੇ, ਬਰਸਾਤਾਂ ਦੇ ਦਿਨ ਆ ਗਏ ਨੇ। ਬਣਿਓ ਕਿਰਤਾਰਥ ਕੀ ਜਹਿ ਬਾਸਾ, ਮਹਾਰਾਜ ਮੈਨੂੰ ਆਪਣੇ ਚਰਨਾਂ ਦਾ ਅਧਨਾ ਜਿਹਾ ਮੁਰੀਦ ਸਮਝੋ ਤੇ ਚੁਮਾਸੇ ਦੇ ਇਹ ਦਿਨ ਆਪ ਜੀ ਮੇਰੇ ਕੋਲ ਹੀ ਨਿਵਾਸ ਕਰੋ, ਇੱਥੇ ਪਾਤਸ਼ਾਹ ਮੇਰੇ ਕੋਲ ਹੀ ਰਹੋ ਤੇ ਮੈਨੂੰ ਕਿਰਤਾਰਥ ਕਰੋ। ਹਿਮ ਕਹਿ ਪਗ ਪੰਕਜ ਗਹਿ ਹਾਥ, ਏਦਾਂ ਕਹਿ ਕੇ ਨੇ ਸਤਿਗੁਰਾਂ ਦੇ ਪਵਿੱਤਰ ਚਰਨ ਕਮਲ ਪਕੜੇ ਨੇ। ਕਰਤ ਪਲੋਸਨ ਪ੍ਰੀਤ ਸਾਥ, ਬੜੇ ਪਿਆਰ ਨਾਲ ਮਹਾਰਾਜ ਜੀ ਨੇ ਏਦਾਂ ਚਰਨ ਫੜੇ ਤੇ ਏਦਾਂ ਪਲੋਸੀ ਜਾਂਦਾ ਹੱਥਾਂ ਨਾਲ ਸੈਫਦੀਨ, ਏਦਾਂ ਚਰਨਾਂ ਨੂੰ ਮਹਾਰਾਜ ਜੀ ਦੇ ਫੜੇ ਹੋਏ ਹੱਥਾਂ ਵਿਚ ਤੇ ਹੱਥ ਦੇ ਨਾਲ ਏਦਾਂ ਏਦਾਂ ਝਸੀ ਜਾਂਦਾ, ਮਹਾਰਾਜ ਮੈਨੂੰ ਕਿਰਤਾਰਥ ਕਰੋ, ਇੱਥੇ ਹੀ ਰਹੋ ਨਾ ਸਤਿਗੁਰੂ ਜੀ ਮੇਰੇ ਕੋਲ ਚੁਮਾਸੇ ਦੇ ਦਿਨਾਂ ਚ, ਨਾਲੇ ਚਰਨ ਫੜੇ ਨਾਲੇ ਏਦਾਂ ਪਲੋਸੀ ਜਾਂਦਾ, ਮਹਾਰਾਜ ਜੀ ਕਿਰਪਾ ਕਰੋ ਮੇਰੇ ਤੇ ਤਰਸ ਕਰੋ,
महाराज छकोगे की अज रात नूं मैं आप जी लई भोजन विच की तैयार करावां, तेरे लिए की हुक्म है आप जी दा। एदा चरना विच बैठा होया बेनतियां करदा, पुन मुख चक पर फेरन करे, चरण पलोसदा फिर अपने चेहरे ते फेरदा भी मेरा चेहरा ए पवित्र हो जाए, नाले चरण पलोसदा फिर अपने मुंह ते लांदा मत्थे ते लौंदा, मैं निहाल पा इम उर धरे, और ये जानदा भी मैं निहाल हो गया, मैं कृतार्थ हो गया, मेरी जिंदगी सफल हो गई है, मेरा जीवन धन हो गया। हेर प्रेम को बहुत कृपाल, एदा प्रेम सतगुरु जी ने वेख्या, बाक बखान्यो गुर तिस काल, महाराज जी सच्चे पातशाह दे ने चरण धोए हन जल मंगा के, जे उर श्रद्धा एव तुम्हारे, पातशाह कहंदे सैफ दीन जे तेरे मन च श्रद्धा है, करहें बास चहो मास सुखा, ऐसी चुमासे दे दिन इथे तेरे कोल ही रहांगे, चाहे शाह टिग करन पयाना, क्योंकि ऐसी चुमासे तो बाद बादशाह कोल जाना, बरखा हटे जाए तस्थाना, जदों मीह पैना हटेगा फिर असी जावांगे दिल्ली, इस प्रकार जब गुरु उचारे, एदा जदों सतगुरु जी ने बचन कहे, सैफ दीन का शिवर उठारे, महाराज जी का डेरा उस वेले सैफ दीन ने करवाया, सुंदर उपबन बिखाय उतारे, किले तो बार जेड़ा सुना महाराज जी का स्थान है ना बहादुरगढ़ साहब, ये बाग सी सैफ दीन का बड़ा सुंदर, एदे उस बाग विच सतगुरां दा उतारा करवाया, आप साथ होए तहां पधारे, और आप सतगुरु सच्चे पातशाह जी दे नाल गया उत्थे डेरा कराउण लई, भली पात डेरा करवायो, और भली प्रकार नाल सतगुरां दा डेरा करवाया, इत सेवा के सगल पहुंचायो, और सेवा वास्ते गुरु साहब लई जो जो चाहिदा सी सैफ दीन ने पहुंचदा कीता, बाबिद के प्रेम बाक सुनाए, प्यार नाल सतगुरां नाल इन्ने बचन बिलास कीते, पुन्निज सदन गयो हर खाए, इहदी रहिश किले दे विच सी अंदर चला गया, निशा बास सतगुर तब करियो, रात सतगुरु जी ने बतीत कीती, खान पान सबहन सुख धरियो, और जो लंगर प्रसादा सी छकण वास्ते महाराज जी लई तैयार होया छकिया, भई प्रभात सोच इशनानो, अगला दिन चढ़िया सतगुरां सोच इशनान कीता, बैठे थिर हुए लाग सो ध्याने, गुरुदेव थिर होके अपने ध्यान दी मुद्रा च बैठ गए, दिवस चढ़े कर प्रेम बिसाला, दिन चढ़िया उस वक्त बड़े भारी प्रेम नाल, सैफ दीन पहुंचो तत्काला, सैफ दीन महाराज जी दे चरणा च हाजिर होया, कर बंदन पद हरख पर हर खायो, सतगुरां दे चरणा ते आके बड़े प्यार नाल सैफ दीन ने मथा टेकिया, सादर सतगुर निकट बठायो, सतगुरु जी ने भी एदा सत्कार कीता कोल बठाया, बाक बिलास अनेक प्रकार, अनेका बाक बिलास होए, करत गुरु दे आनंद उदारा, सतगुरु जी ने भारी आनंद ते खेड़ा बख्शिया, सात समेत उचारत ज्यों ज्यों, और जिवें जिवें पातशाह बचन उचार दे ने, सुन कर बसी हो तो मन त्यों त्यों, सैफ दीन दा मन सुन सुन के सतगुरां दे बचन गुरु साहब दे वस जा रहा है, मुदत होए पुन बिनते ठाने, खुश होके बोलिया, करहो वास मम प्रीत महानी, महाराज कृपा करके इत्थे वास करो ना जायो महाराज अगे, पंक पृथ्वी पर प्राप्त पानी, महाराज चुमासे दे दिन ने चिकड़ हो रहा रस्ते दे विच, गमन कठन मग को लिहो जानी, राह विच चल के जाना औखा है इस वेले, सुन कर सैफ दीन के बिनते, सैफ दीन दी बेनती सुन के, करन कोच के तज कर गिनते, जान दी गिनती महाराज जी ने छड़ दिती, करियो बचन तुम हाछे कहियो, महाराज जी बोले कहंदे तुसी ठीक कह रहे हो सैफ दीन जी, मग पर स्थान समा नह लहयो, हुण वेला नहीं है समा नहीं है रस्ते च जान दा, क्योंकि रस्ता चिकड़ नाल भरिया होना, सर्ब रेत कर संकट होत, इस वेले रस्ते च चल के जाना औखा है, तिरन गन जीव बिलंद उदोत, क्योंकि रस्ते विच इस वेले हुण राह जिहड़े ने घा कख, क्योंकि बरसातां दे दिनां च कच्चे रस्ते घा दे नाल भर जांदे ने,
ਤੇ ਘਾਹ ਦੇ ਵਿੱਚ ਸੌ ਜੀਵ ਜੰਤੂ ਜਿਹੜੇ ਨੇ ਜਾਨਵਰ ਪਸ਼ੂ ਉਹ ਵੀ ਬਹੁਤ ਸਾਰੇ ਹੋ ਜਾਂਦੇ, ਸੱਪ ਸਲੂੰਗਾ ਬੜਾ ਹੁੰਦਾ ਰਸਤਿਆਂ ਚ, ਹੁਣ ਜਾਣਾ ਠੀਕ ਨਹੀਂ ਹੈ। ਬਰਖ ਸਕਲ ਬਰਖਾ ਸਕਲ ਬਿਤਾਵੇ ਜਬੈ, ਅਸੀਂ ਤੇਰੇ ਕੋਲ ਇੱਥੇ ਰਹਿ ਕੇ ਮੀਂਹ ਦਾ ਜਿਹੜਾ ਸਮਾਂ ਬਤੀਤ ਕਰਾਂਗੇ। ਕਰਹਿ ਕੋਚ ਡੇਰਾ ਹਮ ਤਵੈ, ਜਦੋਂ ਮੀਂਹ ਪੈ ਕੇ ਹਟ ਜਾਏਗਾ, ਚੁਮਾਸੇ ਦੇ ਦਿਨ ਲੰਘ ਜਾਣਗੇ, ਫਿਰ ਜਾਵਾਂਗੇ। ਤੈ ਗੁਰ ਬਸੇ ਦੇਨ ਕੋ ਛੇਮ, ਸਾਹਿਬ ਦੀਨ ਦੀ ਕਲਿਆਣ ਕਰਨ ਲਈ ਸਤਿਗੁਰੂ ਜੀ ਬਹਾਦਰਗੜ੍ਹ ਸਾਹਿਬ ਜਿਹਨੂੰ ਪਹਿਲਾਂ ਸੈਫਾਬਾਦ ਕਹਿੰਦੇ ਸੀ ਰਹਿ ਗਏ। ਸੈਫ ਦੀਨ ਦੀਰਘ ਉਰ ਪ੍ਰੇਮ, ਸੈਫ ਦੀਨ ਦੇ ਮਨ ਚ ਸਤਿਗੁਰਾਂ ਦਾ ਬੜਾ ਭਾਰੀ ਪ੍ਰੇਮ ਹੈ। ਕਰਹਿ ਭਾਵ ਕੋ ਨੀਤ ਨਵੀਨ, ਨਵਾਂ ਪ੍ਰੇਮ ਸਤਿਗੁਰਾਂ ਦਾ ਹਿਰਦੇ ਵਿਚ ਕਰਦਾ ਹੈ। ਪਰਚੈ ਗੁਰ ਟਿਗ ਰਹਿ ਪਰਵੀਨ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਹੀ ਜ਼ਿਆਦਾ ਸਮਾਂ ਬਤੀਤ ਕਰਦਾ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਨਾਲ ਅੰਦਰ ਕਿਲੇ ਵਿਚ ਵੀ ਲੈ ਜਾਂਦਾ। ਇਤਿਹਾਸ ਵਿਚ ਐਸਾ ਆਉਂਦਾ, ਇਹਨੇ ਆਖਿਆ ਵੀ ਗੁਰੂ ਸਾਹਿਬ ਜੀ ਲਈ ਇੱਕ ਵੱਖਰਾ ਘਰ ਬਣਾ ਦਿਆਂ ਅੰਦਰ, ਤੇ ਇਹਨੇ ਜਦੋਂ ਵੱਖਰਾ ਸਥਾਨ ਬਣਾਇਆ ਵੀ ਸਾਡੀ ਤਾਂ ਮਸੀਤ ਬਣੀ ਹੋਈ ਆ ਅੰਦਰ, ਤੇ ਇਹ ਸ਼ਾਇਦ ਮਸੀਤ ਵਿਚ ਨਾ ਆਉਣ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੈਫ ਦੀਨ ਮਸੀਤ ਵਿਚ ਜਾ ਕੇ ਨਾ, ਕਹਿੰਦੇ ਜੇ ਰੱਬ ਦਾ ਘਰ ਇਹ ਪਹਿਲਾਂ ਹੀ ਬਣਿਆ ਹੋਇਆ ਤੇ ਸੈਫ ਦੀਨ ਫਿਰ ਦੂਜਾ ਘਰ ਬਣਾਉਣ ਦੀ ਕੀ ਜ਼ਰੂਰਤ ਹੈ। ਇਹ ਤਾਂ ਘਰ ਰੱਬ ਦਾ, ਇਹ ਵੀ ਤਾਂ ਰੱਬ ਦਾ ਹੀ ਘਰ ਹੈ ਨਾ, ਇਹ ਬਣਿਆ ਹੋਇਆ। ਇਹ ਹੋਰ ਜ਼ਿਆਦਾ ਇੰਨਾ ਪ੍ਰਭਾਵਿਤ ਹੋਇਆ ਸਤਿਗੁਰਾਂ ਤੋਂ ਕਿ ਇਹਨਾਂ ਦੀ ਦ੍ਰਿਸ਼ਟੀ ਵਿਚ ਸਭ ਇੱਕ ਸਮਾਨ ਨੇ। ਤੋ ਜਿਸ ਪ੍ਰਕਾਰ ਨਾਲ ਗੁਰਦੇਵ ਇੱਥੇ ਵਿਚਰੇ ਨੇ, ਬਹਾਦਰਗੜ੍ਹ ਸਾਹਿਬ ਦੇ ਇਲਾਕੇ ਵਿਚ ਆਲੇ ਦੁਆਲੇ ਬਹੁਤ ਥਾਵਾਂ ਤੇ ਸਤਿਗੁਰਾਂ ਚਰਨ ਪਾਏ, ਜਿਵੇਂ ਗੁਰਦੁਆਰਾ ਨਿੰਮ ਸਾਹਿਬ ਹੈ ਆਕੜ ਪਿੰਡ ਚ, ਨਾਲ ਹੀ ਪਰੇ ਜਾ ਕੇ ਮਹਿਮਦਪੁਰ ਨਗਰ ਹੈ, ਉੱਥੇ ਸਾਹਿਬ ਦੇ ਚਰਨ ਪਏ। ਕੁਝ ਦੂਰੀ ਤੇ ਉੱਥੇ ਸ਼ੇਖੂਪੁਰਾ ਨਗਰ ਹੈ, ਜਿੱਥੇ ਇੱਕ ਕੁਸ਼ਤੀ ਦਾ ਕੁਸ਼ਟ ਨਿਵਾਰਿਆ। ਨਾਲ ਹੀ ਉੱਥੇ ਕੁਝ ਦੂਰੀ ਤੇ ਇੱਕ ਨਗਰ ਨਨਹੇੜਾ ਹੈ, ਜਿਹਨੂੰ ਨਨੇੜੀ ਵੀ ਕਹਿੰਦੇ, ਜਿਹੜਾ ਘੋਗਾ ਮਸੰਦ ਰਹਿੰਦਾ ਸੀ, ਉੱਥੇ ਵੀ ਨੌਵੇਂ ਪਾਤਸ਼ਾਹ ਦੇ ਚਰਨ ਪਏ। ਇੱਥੇ ਲਾਗੇ ਨੌ ਲੱਖਾ ਸਾਹਿਬ ਹੈ, ਫਿਰ ਲੰਗ ਪਿੰਡ ਦੇ ਵਿੱਚ, ਲੈਲਾ ਪਿੰਡ ਦੇ ਵਿੱਚ ਉੱਥੇ ਮਹਾਰਾਜ ਜੀ ਦਾ ਸਥਾਨ ਹੈ। ਬਹੁਤ ਸਾਰੇ ਸਥਾਨ ਇੱਥੇ ਨੇੜੇ ਤੇੜੇ ਨੌਵੇਂ ਪਾਤਸ਼ਾਹ ਦੇ ਚਰਨ ਪਏ ਨੇ। ਪਟਿਆਲੇ ਜ਼ਿਲ੍ਹੇ ਨੂੰ ਸਤਿਗੁਰਾਂ ਨੇ ਭਾਗ ਲਾਏ ਨੇ। ਐਸੇ ਦੀਨ ਦਿਆਲ ਸਤਿਗੁਰਾਂ ਦਾ ਜਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖੇਮਾ, ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਕਰਨੋ ਨਿਦਿਆਵੈ ਤਾਏ, ਕਰਨੋ ਨਿਦਿਆਵੈ ਤਾਏ, ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ, ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਹੇ ਅਚੁੱਤ।